ਵੀ ਧੂਰੀ ਵਾਲਾ ਪਹਿਲੀ ਵਾਰ ਪੈਣ ਲੱਗਿਆ, ਲਓ ਪਹਿਲੀ ਵਾਰ ਕਹਿੰਦੇ ਗੁਲਸ਼ਨ ਬਣ ਲੱਗਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਸਾਹਮਣੇ ਵੇਖਾਂਗੇ ਮੁੰਡਾ ਇਸ ਵੇਲੇ ਮਲੂਕਪੁਰੀਆ ਪੋਪਲ ਦੋ ਡਿਲੀਵਰ ਕਰ ਦੋ ਸਰ, ਦੁਨੀਆ ਦੇ ਮਹਾਨ ਖਿਡਾਰੀ ਅੱਜ ਖੇਡ ਰਿਹਾ ਹੈ ਤੇ ਦੂਜੇ ਬੰਨੇ ਕਹਿੰਦੇ ਇਸ ਸਮੇਂ ਕਾਲਾ ਭਾਈ ਰੂਪੇ ਦੀ ਧਰਤੀ ਦਾ ਆ ਖਿਡਾਰੀ ਨੇ ਕਹਿੰਦੇ ਸਭ ਤੋਂ ਪਹਿਲਾਂ ਇੱਕ ਮੋਟਰਸਾਈਕਲ ਮੌੜੀ ਦੇ ਮੇਰੇ ਤੋਂ ਜਿੱਤਿਆ ਪਰ ਸਾਹਮਣੇ ਵਾਸੂ ਸਿੰਘ ਠੀਕ ਆ ਆਈਡੀਆ ਵੀ ਜਾਈ ਵਧੀਆ ਇੱਥੇ ਸਿੰਗਲ ਜੋੜ ਗਿਆ ਟਾਈਗਰ ਆ ਗਿਆ ਸੁਣੀ ਕਰੀ ਗੱਲ ਲੁਧਿਆਣੇ ਦੀ ਧਰਤੀ ਦਾ ਕਹਿੰਦੇ ਗੁਲਸ਼ਨ ਬਾਲਪੁਰ ਦੀ ਲਈ ਧੂਰੀ ਵਾਲਾ ਫੇਰ ਤਿਆਰੀ ਦੇ ਵਿੱਚ ਲਓ ਗੁਲਸ਼ਨ ਕਹਿੰਦੇ ਫੇਰ ਤਿਆਰ ਹੈ ਪਰ ਸਾਹਮਣੇ ਮੋਹਰੀ ਦੇ ਮੇਲੇ ਦਾ ਵਧੀਆ ਤੇਜੀ ਤਾਲੀ ਤਾਲੀ ਵਾਲ ਵਧੀਆ ਵੀਰੇ ਦੋ ਰਨ ਆ ਗਏ ਪਿੱਛੇ ਅਗਲੀ ਬਾਲ ਮੁੰਡਾ ਫੇਰ ਕਹਿੰਦੇ ਪਾਉਣ ਦੇ ਲਈ ਜਿਹੜਾ ਤਿਆਰੀ ਦੇ ਵਿੱਚ ਆ ਮੇਰੇ ਵੀਰੇ ਸਟਾਰਟਿੰਗ ਚ ਲੱਗਦਾ ਵਾਸ਼ੂ ਏਦਾਂ ਆਪਣੇ ਆਪ ਸਹੀ ਹੋ ਜਾਂਦਾ ਲੱਗ ਜੂ ਕਿੰਨਾ ਕਡੂੰਗਾ ਪਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਨੇ ਖਾਣੀ ਆਇਆ ਵੀਰੇ ਤਲਵਿੰਦਰ ਆਇਆ ਲਾਓ ਸਾਹਮਣੇ ਅਗਲੀ ਬਾਲ ਮੁੰਡਾ ਫੇਰ ਪਾਉਣ ਦੇ ਲਈ ਕਹਿੰਦੇ ਤਿਆਰੀ ਦੇ ਵਿੱਚ ਆਇਆ ਪੋਪਲ ਦੇ ਕਾਲਾ ਆਇਆ ਸੋਨੀ ਵੱਡਾ ਮੇਲਾ ਅੱਜ ਪੱਟੀਆਂ ਕਾਹਾਂ ਦੇ ਵਿੱਚ ਕਹਿੰਦੇ ਰੌਣਕਾਂ ਲੱਗੀਆਂ ਹੋਈਆਂ ਜ਼ਿਲ੍ਹਾ ਲੁਧਿਆਣਾ ਤੇ ਦੂਜੇ ਓਵਰ ਦੀ ਸ਼ੁਰੂਆਤ ਦੇਖਾਂਗੇ ਇਸ ਵੇਲੇ ਕਿਹੜਾ ਗੱਭਰੂ ਕਰੇਗਾ ਲਓ ਇੱਕ ਓਵਰ ਤੇ ਕਹਿੰਦੇ 6 ਬਣ ਗਿਆ ਹੁਣ ਅਗਲੇ ਓਵਰ ਦੀ ਸ਼ੁਰੂਆਤ ਕਿਹੜਾ ਖਿਡਾਰੀ ਕਰੇਗਾ ਗੱਲ ਸਮੇਂ ਦੀ ਹੈ ਮੇਰੀ ਵੀਰੋ ਗੱਲ ਜਿਹੜੀ ਸਮੇਂ ਦੀ ਹੈ ਪੱਟੀਆਂ ਕਾਹਾਂ ਸਾਰੇ ਨਗਰ ਦਾ ਕਹਿੰਦੇ ਆਊਟ ਕੋਈ ਨਹੀਂ ਹੋਇਆ ਵੀਰੇ ਪਿੱਚ ਕੱਚੀ ਆ ਵੀਰੇ ਕੱਚੀ ਵਿਕੜਾ ਸਾਰੇ ਭਰਾਵਾਂ ਦਾ ਕਹਿੰਦੇ ਵੱਡਾ ਧੰਨਵਾਦ ਕਰਦੇ ਆ ਆਓ ਇੱਕ ਪਾਸੇ ਕਹਿੰਦੇ ਭਾਈ ਬਾਲਾ ਜੀ ਸਪੋਰਟਸ ਕਲੱਬ ਦਾਦ ਤੇ ਦੂਜੇ ਪਾਸੇ ਕਹਿੰਦੇ ਯੂਐਸਏ ਲਵਰ ਫੀਪੇ ਉਹਨਾਂ ਦੀ ਕਹਿੰਦੇ ਮੇਰੇ ਵੀਰੇ ਪ੍ਰੀਤ ਉਹਨਾਂ ਦੀ ਤੇ ਨਾਲ ਅਮਰਜੀਤ ਭਾਜੀ ਉਹਨਾਂ ਦਾ ਕਹਿੰਦੇ ਕੀਤਾ ਹੋਇਆ ਤਿਆਰ ਕਲੱਬ ਹੈ ਕਾਸਪੋ ਦੇ ਮਹਾਨ ਖਿਡਾਰੀ ਖੇਡਦੇ ਨਜ਼ਰ ਆ ਰਹੇ ਆ ਲਓ ਅਗਲੇ ਓਵਰ ਦੀ ਸ਼ੁਰੂਆਤ ਕਹਿੰਦੇ ਕਰਨ ਲਈ ਖਿਡਾਰੀ ਜਿਹੜਾ ਤਿਆਰੀ ਦੇ ਵਿੱਚ ਆ ਮੇਰੇ ਵੀਰੇ ਆਸ਼ੂ ਆਇਆ ਵੀਰੇ ਇੱਕ ਸਾਂਝਾ ਮੋਟਰਸਾਈਕਲ ਜਿਹੜਾ ਜਿੱਤਿਆ ਹੋਇਆ ਹੈ ਐਨ ਵੱਡੀਆਂ ਗੱਲਾਂ ਆਓ ਅਗਲੇ ਓਵਰ ਦੀ ਸ਼ੁਰੂਆਤ ਕਰਨ ਲਈ ਮੁੰਡਾ ਕਹਿੰਦੇ ਤਿਆਰੀ ਦੇ ਵਿੱਚ ਆ ਮੇਰੇ ਵੀਰੇ ਲਓ ਅਗਲੇ ਓਵਰ ਦੀ ਸ਼ੁਰੂਆਤ ਇੱਕ ਓਵਰ 6 ਹੋ ਗਏ ਪਰ ਸਾਹਮਣੇ ਵੇਖਾਂਗੇ ਇਸ ਵੇਲੇ ਭਾਈ ਰੂਪੇ ਦਾ ਕਹਿੰਦੇ ਕਾਲਾ ਅਮਰਜੀਤ ਭਾਜੀ ਹੋਣਾ ਚਹੇਤਾ ਖਿਡਾਰੀ ਆਹ ਰਾਂਝੜੇ 6 ਰਨ ਹੋ ਗਏ ਖੇਡ ਗਰਾਊਂਡ ਦੇ ਵਿੱਚ ਆਹ ਰਾਂਝੜੇ 6 ਜੁੜ ਗਏ ਹੈ ਅੱਜ ਆਦਮਪੁਰ ਵਾਲੇ ਅਮਰਜੀਤ ਭਾਜੀ ਹੋਣਾ ਸਪਾਂਸਰ ਕੀਤੀ ਹੋਈ ਟੀਮ ਹੈ ਸ਼ੀਪਾ ਸਾਡਾ ਵੀਰ ਆਹ ਜੱਖਰਾਂ ਵਾਲਾ ਯੂਐਸਏ
ਦੇ ਵਿੱਚ ਬੈਠਾ ਹੈ ਤੇ ਪ੍ਰੀਤ ਗਿੱਲ ਜਰਮਨ ਦੂਜੇ ਬੰਨੇ ਸ੍ਰੀ ਬਾਲਾ ਜੀ ਕਲੱਬ ਦਾਦ ਪਿੰਡਾ ਕਰੀ ਗੱਲੋ ਸੋਨੀ ਲੁਧਿਆਣੇ ਦੇ ਲਾਗੇ ਕਰਕੇ ਦੱਸਿਆ ਪਿੰਡਾ ਕਹਿੰਦੇ ਦਾਦ ਜਿੱਥੋਂ ਦਾ ਟੋਨੀ ਜਿੱਥੋਂ ਦਾ ਡਾਕਟਰ ਬੜਾ ਪ੍ਰਸਿੱਧ ਹੈ ਕੰਨੂ ਹਰ ਗਿਆ ਮਹਾਨ ਖਿਡਾਰੀ ਅੱਜ ਇਸ ਧਰਤੀ ਤੇ ਜਿਹੜੇ ਪੁੱਜੇ ਹੋਏ ਹੈ ਔਰ ਦੂਜਾ ਮੁਕਾਬਲਾ ਭਾਰੂ ਬਾਲ ਕੁੰਦਰੀ ਫੇਰ ਕਹਿੰਦੇ ਅੱਗੇ ਬਲ ਵਧਦਾ ਹੋਇਆ ਮੇਰੇ ਵੀਰੋ ਨਾ ਭਾਰੂ ਕਹਿੰਦੇ ਫੇਰ ਬਲ ਪਾ ਰਿਹਾ ਹੈ ਉਧਰ ਇਕਬਾਲ ਕਹਿੰਦੇ ਢਾਬਾਂ ਦੀ ਧਰਤੀ ਦਾ ਔਰ ਜਿਹੜੀ ਧਰਤੀ ਦਾ ਛੱਡੀ ਔਰ ਦੁਨੀਆਂ ਦਾ ਮਹਾਨ ਖਿਡਾਰੀ ਅੱਜ ਲਾਈਵ ਜੁੜਿਆ ਬੈਠਾ ਹੈ ਪਰ ਸਾਹਮਣੇ ਵੇਖਾਂਗੇ ਲੈ ਵੀ ਭਾਰੂ ਇਹਦੇ ਵਿੱਚ ਦੀ ਕਰਦੇ ਛਾਤੀ ਚ ਮੋਰਾ ਕਰਦੇ ਸਵਾਦ ਫੇਰ ਆਉਣਾ ਸੋਨੀ ਕਹਿ ਮੁੰਡੇ ਨੂੰ ਸਵਾਦ ਸਾਹਮਣੇ ਭਾਰੂ ਇਹਦਾ ਕਹਿੰਦੇ ਐਨ ਵੱਡਾ ਬਿਜ਼ਨਸ ਆ ਲੈ ਵੀ ਧੂਰੀ ਵਾਲਾ ਕਲਾਥ ਹਾਊਸ ਦਾ ਵੱਡਾ ਬਿਜ਼ਨਸ ਹੈ ਆਹੋ ਕਹਿੰਦੇ ਭਾਰੂ ਪਾਲ ਫੇਰ ਪਾਉਂਦਾ ਪਰ ਮਲੂਕਪੁਰੀ ਮਲੋਟ ਦੇ ਏਰੀਏ ਦੇ ਵਿੱਚੋਂ ਆਇਆ ਹੋਇਆ ਇਹਨੇ ਪਹਿਲਾ ਮੋਟਰਸਾਈਕਲ ਮੇਰੀਆਂ ਅੱਖਾਂ ਦੇ ਸਾਹਮਣੇ ਸਿੱਧਵਾ ਬੈਲਟ ਯੂਐਸਏ ਵਿੱਚ ਆ ਸੀ ਕਹਿੰਦੇ ਲੈਂਬਰ ਸਿੱਧਵਾ ਨੇ ਪ੍ਰਸਿੱਧ ਕੀਤਾ ਹੈ ਇਹਨੇ ਉੱਥੋਂ ਲੱਭਣਾ ਹੋਇਆ ਕਹਿ ਸਕਦੇ ਵੀ ਆ ਇਲਾਕੇ ਨੂੰ ਨੱਚ ਲੈ ਵੀ ਧੂਤੀ ਐਨ ਧੂਰੀ ਵਾਲਾ ਧੂਤੀ ਬੋਲਦੀ ਹੈ ਵੀ ਐਨ ਧੂਤੀ ਬੋਲਦੀ ਹੈ ਐਨ ਪੋਪਲਾ ਮਲੂਕਪੁਰ ਦੀ ਧਰਤੀ ਦਾ ਮੇਰੇ ਵੀਰੋ ਪੋਪਲਾ ਮਲੂਕਪੁਰ ਦੀ ਧਰਤੀ ਦਾ ਵੀ ਦੇਖਣੇ ਨੂੰ ਭੋਲਾ ਭਾਲਾ ਆਹ ਜੱਟ ਲੱਗਦਾ ਜਦੋਂ ਖੇਡਦਾ ਕ੍ਰਿਕਟ ਬੜਾ ਅੱਤ ਲੱਗਦਾ ਪਰ ਭਾਰੂ ਕਹਿੰਦੇ ਬਾਲਪੁਰ ਦੇ ਲਈ ਫੇਰ ਤਿਆਰੀ ਦੇ ਵਿੱਚ ਹੈ ਮਲੂਕਪੁਰੀਆ ਪੋਪਲ ਮਹਾਨ ਕ੍ਰਿਕਟ ਦਾ ਖਿਡਾਰੀ ਪਾਈ ਹੋਈ ਬਾਲ ਹੁੰਦੀ ਹੋਈ ਕਮਾਲ ਆਹ ਰਨ ਜਿਹੜਾ ਇੱਕ ਜਾਂ ਫਿਰ ਟਰਾਈ ਬਾਲ ਐਨ ਨੇ ਪਾ ਦਿੱਤੀ ਹੈ ਆਹ ਬਾਲ ਕਹਿੰਦੇ ਟਿਕਾਣੇ ਦੀ ਪਾ ਦਿੱਤੀ ਹੈ ਬਾਲ ਕਹਿੰਦੇ ਟਿਕਾਣੇ ਦੀ ਪਾ ਦਿੱਤੀ ਹੈ ਉਧਰ ਯਾਰਾਂ ਦਾ ਯਾਰ ਮਨਪ੍ਰੀਤ ਸਿੱਧੂ ਉਹ ਵੀ ਲੈ ਜਿਹੜਾ ਬੈਠਾ ਐਨ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਹੈ ਮੈਚ ਤਕੜਾ ਹੈ ਸੁਪਰ ਕਹਿੰਦੇ 8 ਆਹ ਸੁਪਰ 8 ਕਲੱਬ ਖੇਡਦੇ ਹੈ ਲਓ ਸਾਹਮਣੇ ਭਾਰੂ ਦੀ ਬਾਲ ਤੇ ਮਲੂਕਪੁਰੀ ਐਨ ਮੁੰਡੇ ਜੜ ਚ ਬਾਲ ਮਾਰ ਦਿੱਤੀ ਹੈ ਕਹਿੰਦੇ ਸਰੇ ਦੀ ਬਾਲ ਜਿਹੜੀ ਖਿਡਾਰੀ ਨੇ ਉਹ ਪਾ ਦਿੱਤੀ ਹੈ ਮੇਰੇ ਵੀਰੇ ਸਰੇ ਦੀ ਬਾਲ ਕੋਈ ਆਊਟ ਨਹੀਂ ਹੋਇਆ ਵੀਰੇ ਅਗਲੀ ਬਾਲ ਮੁੰਡਾ ਫੇਰ ਪਾਉਣ ਦੇ ਲਈ ਕਹਿੰਦੇ ਤਿਆਰੀ ਦੇ ਵਿੱਚ ਹੈ ਉਧਰੋਂ ਉਧਰੋਂ ਪਵਨ ਵੀ ਆਇਆ ਬਹੁਤ ਵੱਡਾ ਧੰਨਵਾਦ ਪਵਨ ਦਾ ਕਿਉਂਕਿ ਪਿਆਰ ਬਹੁਤ ਆ ਪਵਨ ਦੇ ਨਾਲ ਅੱਜ ਜੇਚੇ ਤੌਰ ਤੇ ਆਇਆ ਲਓ ਸਾਹਮਣੇ ਅਗਲੀ ਬਾਲ ਤੇ ਉਸਤਾਦ ਜੀ ਕਰਿਓ ਗੱਲ ਲਓ ਭਾਰੂ ਦੀ ਕਹਿੰਦੇ ਫੇਰ ਬਾਲ ਹੈ ਤੇ ਸਾਹਮਣੇ ਭਾਈ ਰੂਪੇ ਦਾ ਕਹਿੰਦੇ ਕਾਲਾ ਦੁਨੀਆ ਚੀਤਾ ਕਹਿੰਦੀ ਹੈ ਆਓ ਦੁਨੀਆ ਚੀਤਾ ਕਹਿੰਦੀ ਹੈ ਆਓ ਦੁਨੀਆ ਚੀਤਾ ਕਹਿੰਦੀ ਹੈ ਵੀ ਸੁਣੀ ਦਹਾੜਾ ਖੜਕੇ ਉਹ ਜ਼ਖਮੀ ਸ਼ੇਰ ਦੀਆਂ ਸੁਣੀ ਦਹਾੜਾ ਖੜਕੇ ਜ਼ਖਮੀ ਭਾਰੂ ਸੀ ਵੀਰੇ ਭਾਰੂ ਕਰ ਰਹੇ ਬੋਲ ਸਾਹਮਣੇ ਕਹਿੰਦੇ ਗੱਲਾਂ ਟਿਕਾਣੇ ਆ ਗੱਲਾਂ ਟਿਕਾਣੇ ਆ ਨਸੀਤਾ ਵੜ ਦਾ ਧੰਨਵਾਦ ਹੈ ਔਰ ਪਿਛਲੇ ਸਾਲ ਦੁੱਲੇ ਵਾਲੀ ਆਵਨ ਔਰ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਸੀ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਸਟਾਰ ਖੇਡੇ ਔਰ ਦੋ ਓਵਰਾਂ ਤੋਂ ਬਾਅਦ ਸਕੋਰ ਦੱਸਿਓ ਜੀ ਕਿੰਨੇ ਆ 24 ਰਨ ਜਿਹੜੇ ਥੈਂਕ ਯੂ ਦੀਪ ਭਾਈ ਦੀਪ ਸ਼ੇਅਰ ਕਰ ਦਿਓ ਦੋ ਓਵਰਾਂ ਤੋਂ ਬਾਅਦ 24 ਰਨ ਜਿਹੜੇ ਉਹ ਵੜ ਚੁੱਕੇ ਆ ਬਾਬਾ ਮਸੀਤਾ ਜੀ ਬਹੁਤ ਬੜਾ ਧੰਨਵਾਦ ਆ ਪਾਣੀ ਦੀ ਸੇਵਾ ਕਰ ਰਹੇ ਆ ਲਓ ਦੋ ਓਵਰ ਦੀ ਸਮਾਪਤੀ ਤੋਂ ਬਾਅਦ ਜਿਹੜੇ 24 ਰਨ ਹੋ ਗਏ ਆ ਉਸਤਾਦ ਭਾਊ ਮਹਿਮ ਹੋਣਾ ਦਾ ਵੱਡਾ ਯੋਗਦਾਨ ਅੱਜ ਇਸ ਖੇਡ ਮੇਲੇ ਦੇ ਲਈ ਸਾਡਾ ਯਾਰਾਂ ਦਾ ਯਾਰ ਮੈਂ ਵੱਡਾ ਧੰਨਵਾਦ ਕਰੂੰਗਾ ਸੋਨੀ ਚਹਿਲ ਤੇ ਨਾਲ ਕਮਲ ਹੋਣੀ ਇਹਨਾਂ ਭਰਾਵਾਂ ਦਾ ਵੱਡਾ ਧੰਨਵਾਦ ਨਾਲ ਟੋਨੀ ਵੀਰ ਦਾ ਵੀ ਵੱਡਾ ਧੰਨਵਾਦ ਹੈ ਹੈਲੋ ਵੀਰੇ
ਰੁਕੀ ਕਹਿੰਦੇ ਆ ਬਈ ਮੈਨੂੰ ਦਾ ਮੈਚ ਰੱਖੋ, ਜੇ ਰੱਖੋ ਉਹ ਰੱਖੋ। ਵੀਰੇ ਯਾਰ ਤਿੰਨ ਵਾਰੀ ਅਨਾਊਂਸਮੈਂਟ ਕਰ ਚੁੱਕੇ ਆ ਯਾਰ, ਸ਼ਰਮ ਆਉਣੀ ਚਾਹੀਦੀ। ਜੇ ਤੁਸੀਂ ਸਟਾਰ ਬਣ ਗਏ ਮਤਲਬ ਇਹ ਨੀਗਾ ਜੇ ਬੰਦਾ ਬੁਲਾ ਰਿਹਾ ਤਾਂ ਪਹੁੰਚਣਾ ਨੀਗਾ। ਵੀਰੇ ਤਿੰਨ ਵਾਰੀ ਵਾਜਾ ਇਹ ਤੁਹਾਡੇ ਲਈ ਰੱਖੇ ਆ, ਕਿਉਂਕਿ ਮੈਨੂੰ ਦਾ ਮੈਚ ਵੀਰੇ ਖਤਮ ਹੋਣ ਜਾ ਰਿਹਾ। ਪਹਿਲੀ ਆਵਾਜ਼ ਸੀ ਕਹੋ ਇੱਜ਼ਤ ਮਾਨ ਨਾਲ, ਕਿਉਂਕਿ ਮੈਂ ਸੱਚੀ ਦੱਸਾਂ ਵੀਰੇ ਰੱਖ ਨਹੀਂ ਰਿਹਾ ਸੀ। ਮੈਂ ਰਖਾਇਆ, ਮੈਂ ਕਿਹਾ ਯਾਰ 6 ਲੱਖ ਸਨਮਾਨ ਹੁੰਦਾ, ਮੋਨੂ ਨੂਰਪੁਰ ਵੀਰੇ ਇੱਥੇ ਆ ਜਾ ਜਲਦੀ, ਕਿਉਂਕਿ ਆਪ ਨੂੰ ਚਾਹੀਦਾ ਵੀਰੇ। ਬਹੁਤ ਬੜਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ। ਮੈਂ ਆਉਂਦਾ ਮੈਚ ਮੋਨੂ ਨੂਰਪੁਰ ਬੇਟੀ ਗੜ ਸ਼ੰਕਰ ਦੇਰੀ ਦਾ ਕਹਿੰਦੇ ਖਿਡਾਰੀ ਆ ਮੇਰੇ ਵੀਰੋ। ਗੁਲਸ਼ਨ ਬਾਲ ਪਾਉਣ ਦੇ ਲਈ ਫਿਰ ਕਹਿੰਦੇ ਅੱਗੇ ਬਲ ਵਧਦਾ ਹੋਇਆ, ਗੁਲਸ਼ਨ ਲੁਧਿਆਣੇ ਵਾਲਾ ਬਾਲ ਪਾਉਣ ਦੇ ਲਈ ਫਿਰ ਅੱਗੇ ਬਲ ਵਧਦਾ ਹੋਇਆ ਮੇਰੇ ਵੀਰੋ। ਗੁਲਸ਼ਨ ਦੀ ਬਾਲ ਉਸਤਾਦ ਕਪਲ ਦੀ ਗੱਲ ਕਰਦੇ ਹੋਏ, ਲਓ ਗੁਲਸ਼ਨ ਬਾਲ ਪਾ ਰਿਹਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ। ਇਸ ਸਮੇਂ ਗੁਲਸ਼ਨ ਦੀ ਬਾਲ ਹੈ, ਇੱਕ ਜੂਸਰ ਵੀ ਹਿੱਸੇ ਦੇ ਵਿੱਚ ਆਇਆ ਹੈ, ਪਰ ਆ ਮੁੰਡਾ ਤੇ ਅੱਜ ਜੂਸ ਕੱਢਣ ਨੂੰ ਫਿਰਦਾ ਹੈ, ਆ ਮੁੰਡਾ ਤੇ ਅੱਜ ਆ ਜੂਸ ਕੱਢਣ ਨੂੰ ਫਿਰਦਾ ਆਈ ਤੇ ਆਇਆ ਹੋਇਆ ਹੈ। ਇਹ ਮਲੂਕਪੁਰੀਆ ਪੋਪਲ ਆ ਦੁਨੀਆ ਦਾ ਮਹਾਨ ਬਣ ਬੈਠਾ ਬਰਾੜਾਂ ਦਾ ਮੁੰਡਾ ਹੈ, ਕਹੇ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਹੈ ਬਾਜਾ ਖਾਨਾ। ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜਵਾਨਾ, ਉਹ ਬਾਘਾ ਮਲ ਕੇ ਉਹਨਾਂ ਛੱਕੇ ਲਾਉਂਦਾ ਗਰਮੀ ਖਾ ਕੇ। ਪੰਜਾਬ ਬਿਜਲੀ ਬੋਰਡ ਦੇ ਵਿੱਚ ਵੀ ਜਿਹੜੀ ਜੋਬ ਮਿਲੀ ਹੈ, ਅੱਜ ਆਇਆ ਕਹਿੰਦੇ ਭੱਟੀਆਂ ਢਾਹਾਂ ਦੇ ਵਿੱਚ ਕਹਿੰਦੇ ਆਇਆ ਹੋਇਆ। ਲਾ ਸਾਹਮਣੇ ਕ੍ਰਿਕਟ ਦਾ ਟਾਈਗਰ ਕਹਿੰਦੇ ਫਿਰ ਅਗਲੀ ਵਾਰ ਦਾ ਸਾਹਮਣਾ ਕਰਦਾ ਹੈ ਕ੍ਰਿਕਟ ਦਾ ਟਾਈਗਰ। ਉਧਰ ਸਾਡਾ ਯਾਰਾਂ ਦਾ ਯਾਰ ਇਕਬਾਲ ਕਹਿੰਦੇ ਢਾਬਾ ਵਾਲਾ ਆਓ ਸਾਡੇ ਨਾਲ, ਨਵੰਬਰ ਮਹੀਨੇ ਦੇ ਵਿੱਚ ਵੱਡਾ ਮੇਲਾ ਆਓ ਢਾਬਾ ਦੇ ਵਿੱਚ ਰਾਜਸਥਾਨ ਦੇ ਵਿੱਚ ਖੇਡਿਆ ਜਾਣਾ ਹੈ, ਪਰ ਅੱਜ ਕਾਲੇ ਨੂੰ ਕੌਣ ਸਮਝਾਵੇ, ਅੱਜ ਚੀਤੇ ਨੂੰ ਕੌਣ ਸਮਝਾਵੇ ਸਮਝਾਵੇ ਆਓ ਛੱਕਾ ਖਾ ਜਾਵੇ ਜਿਹੜਾ ਸਮਝਾਵੇ, ਆਓ ਛੱਕਾ ਖਾ ਜਾਵੇ ਮਸੀਤਾਂ ਵਾਲੇ ਬਾਬੇ ਦਾ ਬੜਾ ਧੰਨਵਾਦ ਕਰਾਂਗੇ। ਤਿੰਨ ਓਵਰ ਤੇ ਦੱਸੋ ਬਾਈ ਕਿੰਨੇ ਨੇ, ਲਓ ਤਿੰਨ ਓਵਰ ਤੇ ਕਹਿੰਦੇ 41 ਰਨ ਜਿਹੜੇ ਬਣ ਚੁੱਕੇ ਆ, 41 ਸਕੋਰ ਜਿਹੜੇ ਤਿੰਨ ਓਵਰਾਂ ਤੋਂ ਬਾਅਦ ਉਹ ਜਿਹੜੇ ਬਣ ਚੁੱਕੇ ਆ। ਪਾਣੀ ਜਿਹੜਾ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦਾ ਕਰ ਦਿੱਤਾ ਜਾਵੇ, ਪਾਣੀ ਜਿਹੜਾ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦਾ ਕਰ ਦਿੱਤਾ ਜਾਵੇ, ਬੇਨਤੀ ਹੈ ਪਾਣੀ ਬਾਬਾ ਜੀ ਜ਼ਰੂਰ ਪੁੱਜਦਾ ਕਰ ਦਿਓ, ਕਿਉਂਕਿ ਪਾਣੀ ਦੀ ਵੀ ਥੋੜ੍ਹੀ ਦਿੱਕਤ ਆ, ਟੈਂਕੀ ਆਉਂਦੀ ਆ ਪਾਣੀ ਵਾਲੀ। ਔਰ ਬਹੁਤ ਬੜਾ ਧੰਨਵਾਦ ਹੈ। ਅਗਲੇ ਓਵਰ ਦੀ ਸ਼ੁਰੂਆਤ ਕਿਹੜਾ ਖਿਡਾਰੀ ਕਰੇਗਾ, ਗੱਲ ਸਮਝਦੀ ਆ ਮੇਰੀ ਵੀਰੋ। ਸੈਮਨ ਬਾਲਰ ਦਾ ਨਾਮ ਦੱਸਿਓ, ਹੁੰਦਾ ਗਿਆ ਛੱਡਣ ਦਾ, ਤਿੰਨ ਗਿਆ ਛੱਡਦੇ ਪਏ ਨੇ, ਪਹਿਲੀ ਆ ਤਿੰਨ ਗਿਆ, ਤਿੰਨ ਗਿਆ ਜੀ, ਠੀਕ ਹੈ ਉਸ ਤੋਂ ਬਾਅਦ ਰਨ ਆ ਗਏ ਅੱਗੇ ਹੋ ਜਾ।
ਲਾ ਰਮੇਸ਼ ਲੁਧਿਆਣੇ ਵਾਲਾ ਕਹਿੰਦੇ ਅਗਲੇ ਵਾਰ ਦੀ ਸ਼ੁਰੂਆਤ ਕਰ ਰਿਹਾ ਮੇਰੀ ਵੀਡੀਓ ਲੁਧਿਆਣੇ ਵਾਲੇ ਰਮੇਸ਼ ਵੀ ਲੈ ਵੀ ਉਸਤਾਦ ਬਾਲ ਪੈਣ ਜਾ ਰਹੀ ਹੈ ਲਾ ਰਮੇਸ਼ ਕਹਿੰਦੇ ਲੁਧਿਆਣੇ ਵਾਲਾ ਬਾਲਾ ਪਾ ਰਿਹਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਐਨ ਕਹਿੰਦੀਏ ਸਾਹਮਣੇ ਮਲੂਕਪੁਰੀਆ ਪੋਪਲ ਦੁਨੀਆ ਦਾ ਵੱਡਾ ਮਾਲ ਹੈ ਆਦਮਪੁਰ ਵਾਲੇ ਅਮਰਜੀਤ ਨੇ ਆਹ ਮੁੰਡੇ ਤੇ ਮਾਲ ਕੀਤਾ ਹੋਇਆ ਹੈ ਸ਼ੀਪਾ ਯੂਐਸਏ ਦੇ ਵਿੱਚ ਬੈਠਾ ਹੈ ਆਹ ਪ੍ਰੀਤ ਗਿੱਲ ਜਰਮਨ ਦੇ ਵਿੱਚ ਬੈਠਾ ਇਹਨਾਂ ਨੇ ਕਹਿੰਦੇ ਵੱਡਾ ਮਾਲ ਕੀਤਾ ਨਾ ਖਿਡਾਰੀਆਂ ਤੇ ਸਪਾਂਸਰ ਕੀਤੀ ਟੀਮ ਹੈ ਪਰ ਸਾਹਮਣੇ ਵੇਖਾਂਗੇ ਸ਼੍ਰੀ ਬਾਲਾਜੀ ਦਾ ਖਿਡਾਰੀ ਬੱਲਾ ਪਾਇਆ ਸਾਹਮਣੇ ਰਮੇਸ਼ ਦੀ ਬਾਲ ਜਿਹੜੀ ਪੈਣ ਜਾ ਰਹੀ ਆ ਖੇਡ ਮੈਦਾਨ ਦੇ ਵਿੱਚ ਮੇਰੀ ਵੀਡੀਓ ਰਮੇਸ਼ ਦੀ ਬਾਲ ਜਿਹੜੀ ਉਹ ਪੈਣ ਜਾ ਰਹੀ ਆ ਮੈਚ ਸਿਰੇ ਦਾ ਮੇਰੀ ਵੀਡੀਓ ਅੱਜ ਸਾਰੀ ਮੈਚ ਸਿਰੇ ਦੇ ਖੇਡੇ ਜਾਣੇ ਆ ਔਰ ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਭੱਟੀਆਂ ਢਾਹਾਂ ਦੇ ਕੱਪ ਦੇ ਵਿੱਚ ਐਨ ਕਹਿੰਦੇ ਗੱਲਾਂ ਟਿਕਾਣੇ ਲੱਗਣੀਆਂ ਮੇਰੀ ਵੀਡੀਓ ਕਾਸਕੋ ਕ੍ਰਿਕਟ ਦੇ ਬਈ ਦੱਸਦੇ ਕਰੋ ਯਾਰ ਧਰਤੀ ਤੇ ਆਏ ਹੋਏ ਆ ਔਰ ਗੱਲਾਂ ਕਹਿੰਦੇ ਉੱਚੀਆਂ ਕਿਉਂਕਿ ਆਪਾਂ ਜ਼ਿਆਦਾ ਬੋਲਣਾ ਹੈਗਾ ਫਿਰ ਸਵਾਲ ਖਰਾਬ ਹੁੰਦਾ ਫਿਰ ਯਾਰ ਮੈਂਟਰੀ ਦਾ ਨੂਰਪੁਰ ਦੇ ਕਹਿੰਦੇ ਟੋਨੀ ਦਾ ਅੱਜ ਗੋਲਡ ਚੈਨ ਆਉਸ ਵਿੱਚ ਦੱਸਦੇ ਕਰੋ ਸਨਮਾਨ ਕੀਤਾ ਜਾਣਾ ਮੇਰੀ ਵੀਡੀਓ ਟੋਨੀ ਨੂਰਪੁਰ ਬੇਟ ਦਾ ਕਹਿੰਦੇ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਕਹਿੰਦੀਏ ਸੋਨੇ ਦੀ ਚੈਨ ਦੇ ਨਾਲ ਆਓ ਗਰਦਨ ਕਹਿੰਦੇ ਸੁਨਹਿਰੀ ਕਰ ਦੇਣੀ ਆ ਮੁੰਡਿਆਂ ਨੇ ਵੱਡਾ ਮਾਣ ਸਨਮਾਨ ਕਰਨਾ ਹੈ ਪਰ ਸਾਹਮਣੇ ਵੇਖਾਂਗੇ ਭਾਈ ਰੂਪੇ ਦਾ ਕਾਲਾ ਰਣ ਸਿੰਗਲ ਦੂਜੇ ਦੀ ਟਰਾਈ ਹੋਵੇਗੀ ਪਰ ਇੱਕ ਸਕੋਰ ਕਹਿੰਦੇ ਖਿਡਾਰੀ ਨੇ ਜਿਹੜਾ ਜ਼ੋਰ ਦਿੱਤਾ ਮੇਰੀ ਵੀਰੇ ਇੱਕ ਸਕੋਰ ਜਿਹੜਾ ਜ਼ੋਰ ਦਿੱਤਾ ਉਦੋਂ ਬਹੁਤ ਬੜਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਮੇਰੀ ਵੀਰੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਕੱਪ ਨੂੰ ਕਰਵਾਉਣ ਦੇ ਲਈ ਸਾਰੇ ਭਰਾਵਾਂ ਦਾ ਕਹਿੰਦੇ ਬਹੁਤ ਬੜਾ ਧੰਨਵਾਦ ਹੈ ਅਗਲੀ ਬਾਲ ਨਵੀਂ ਧੂਰੀ ਵਾਲਾ ਮੁੰਡਾ ਫੇਰ ਪਾਉਣ ਦੇ ਲਈ ਤਿਆਰ ਹੈ ਫੇਰ ਕਹਿੰਦੇ ਰਮੇਸ਼ ਲੁਧਿਆਣੇ ਵਾਲਾ ਕਹਿੰਦੇ ਬਾਲ ਪਾ ਰਿਹਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਮਲੂਕਪੁਰੀਆ ਆਓ ਮਲੂਕਪੁਰੀਆ ਪੋਪਲ ਜਿੱਤੇ ਬਾਈ ਖੇਡ ਵਧੀਆ ਲੱਗ ਰਹੀ ਹੈ ਪੋਪਲ ਦੀ ਇੱਕ ਵੱਡੀ ਸਾਰੀ ਤਾੜੀ ਮਾਰਦੇ ਮੇਰੇ ਪੰਜਾਬੀ ਵੀਰੋ ਐਨ ਮੁੰਡਾ ਕਮਾਲ ਕਰੀ ਜਾਂਦਾ ਹੈ ਨੈਟਵਰਕ ਦੀ ਦਿੱਕਤ ਆ ਰਹੀ ਹੈ ਮੁੰਡਾ ਆਪਣੇ ਸਹੀ ਹੋ ਜਾਂਦਾ ਛੱਕੇ ਮਾਰਦਾ ਹੈ ਮੁੰਡਾ ਕਹਿੰਦੇ ਐਨ ਵਾਕੇ ਅੱਜ ਸਿਰਾ ਕਰਵਾ ਰਹੇ ਹੈ ਮਲੂਕਪੁਰੀਆ ਕਹਿੰਦੇ 3:43 ਸੀ ਵੀਰੇ ਮੇਰੇ ਵੀਰੋ ਔਰ ਗੱਲਾਂ ਟਿਕਾਣੇ ਆ ਕਹਿੰਦੇ ਭਵਾਨੀਗੜ ਦੇ ਵਿੱਚ ਵੀ ਕੱਪ ਭੱਜਿਆ ਆਉਂਦਾ ਧੂਰੀ ਵਾਲਾ ਗੱਲਾਂ ਟਿਕਾਣੇ ਲੱਗਣੀਆਂ ਹੈ ਐਨ ਪ੍ਰੀਤ ਗਿੱਲ ਫੁੜੀ ਔਰ ਸੂਪੇ ਹੋਣਾ ਦਾ ਕਹਿੰਦੇ ਐਨ ਮੇਲਾ ਗੱਲਾਂ ਟਿਕਾਣੇ ਲੱਗਣੀਆਂ ਆ ਸਾਹਮਣੇ ਮਲੂਕਪੁਰੀਆ ਐਨ ਰਣ ਜਿਹੜੇ 4 ਫੇਰ ਔਰ ਰਣ ਜਿਹੜੇ 4 ਜੋੜ ਗਿਆ ਵੀ ਤੀਲੀ ਤੋਂ ਬਣਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੇ ਤੇ ਵੇਖ ਲੈ ਮਲੂਕਪੁਰੀਆ ਸੂਪਰ ਹੈਗਾ ਵੀਰੇ ਤੇਰਾ ਖੇਡਿਆ ਸ਼ਾਟ ਚੌਕਾ ਬਣ ਗਿਆ ਵੇ ਰਣ ਜਿਹੜੇ 4 ਜੁੜ ਗਏ ਸੋਨੀ ਰਮੇਸ਼ ਫੇਰ ਬਾਲ ਪਾ ਰਿਹਾ ਲਾਓ ਸਾਹਮਣੇ ਰਮੇਸ਼ ਦੀ ਬਾਲ ਜਿਹੜੀ ਫੇਰ ਪੈਣ ਜਾ ਰਹੀ ਆ ਰਣ ਜਿਹੜੇ ਇੱਕ ਤੋਂ ਐਨ ਮੁੰਡੇ ਨੇ ਟਰਾਈ ਕੀਤੀ ਹੈ ਔਰ ਰਣ ਜਿਹੜਾ ਇੱਕ ਖਿਡਾਰੀ ਨੇ ਕਹਿੰਦੇ ਜ਼ੋਰ ਦਿੱਤਾ ਮੇਰੀ ਵੀਡੀਓ ਐਨ ਦਾਦ ਪਿੰਡ ਦੀ ਟੀਮ ਆ ਕਹਿੰਦੇ ਭਾਈ ਬਾਲਾਜੀ ਸਪੋਰਟਸ ਕਲੱਬ ਕਹਿੰਦੇ ਐਨ ਜਿਹੜਾ ਤਿਆਰ ਕੀਤਾ ਡਾਕਟਰ ਉਹਨਾਂ ਨੇ ਨਵੀ ਧੂਰੀ ਵਾਲਾ ਮੁੰਡੇ ਐਨ ਸਿਰੇ ਦੇ ਖਿਡਾਰੀ ਆ ਪਰ ਸਕੋਰ ਦੱਸੀਏ ਸੰਗਤ ਨੂੰ ਵੀ ਕਿੰਨੇ ਜਿਹੜੇ ਬਣ ਚੁੱਕੇ ਆ ਓਪਨਰ ਜੋੜੀ ਆ ਕੋਈ ਨਹੀਂ ਆਊਟ ਹੋਇਆ 4 ਓਵਰ ਰੂਪਾ ਹਿੱਟ ਦਾ ਲੈਮਨ ਦੱਸੇਗਾ ਕਿੰਨੇ ਹੈ ਕਿਉਂਕਿ ਵੱਡਾ 54 ਹੋ ਗਿਆ ਠੀਕ ਹੈ ਜੀ ਠੀਕ ਹੈ 54 ਬਾਲਾਂ ਪੁੱਜਦੀਆਂ ਕਰਦੀਆਂ ਗਰਾਊਂਡ ਦੇ ਵਿੱਚ ਭਾਊ ਜੀ ਬਾਲਾਂ ਜਿਹੜੀਆਂ ਪੁੱਜਦੀਆਂ ਕਰਦੀਆਂ ਗਰਾਊਂਡ ਦੇ ਵਿੱਚ ਪੀਤਾ ਸ਼ੋਕਰਾ ਬੜਾ ਸਾਡਾ ਵੀਰ ਚੇਚੇ ਤੌਰ ਤੇ ਸਾਡੀ ਖੇਡ ਗਰਾਊਂਡ ਦੇ ਨਾਲ ਜੁੜਿਆ ਨਾਲ ਰਵਿੰਦਰ ਖੁੰਦਲ ਵੱਲ ਕੇ ਸਾਡੇ ਵੀਰ ਹੈ ਜਿਹੜੇ ਚੇਚੇ ਤੌਰ ਤੇ ਆਇਆ ਬਹੁਤ ਬੜਾ ਧੰਨਵਾਦ ਹੈ ਉਸਤਾਦੀ ਕਰਿਓ ਗੱਲ ਭਾਰੂ ਫੇਰ ਆ ਗਿਆ ਬਾਲਾਂ ਜਿਹੜੀਆਂ ਜ਼ਰੂਰ ਪੁੱਜਦੀਆਂ ਕਰਦੀਆਂ ਗਰਾਊਂਡ ਦੇ ਫੇਰ ਆ ਗਿਆ ਮੇਰੇ ਪੰਜਾਬੀ ਵੀਰੋ ਉਧਰ ਕਹਿੰਦੇ ਪੀਤਾ ਸ਼ੋਕਰਾ ਵਾਲਾ ਯੂਕੇ ਵਾਲਾ ਆਹ ਵੱਡਾ ਧੰਨਵਾਦ ਹੈ ਸਾਡੀ ਜ਼ਿੰਦਗੀ ਦਾ ਬੜਾ ਹੀ ਸਤਿਕਾਰਯੋਗ ਵੀਰ ਹੈ ਉਚੇਚੇ ਤੌਰ ਤੇ ਪੁੱਜਿਆ ਹੋਇਆ ਹੈ ਵੱਡਾ ਧੰਨਵਾਦ ਕਰਾਂਗੇ ਪਰ ਬਾਲ ਪਾਉਣ ਦੇ ਲਈ ਭਾਰੂ ਕਹਿੰਦੇ ਫੇਰ ਵਾਧਾ ਮੇਰੇ ਪੰਜਾਬੀ ਵੀਰੋ ਸਾਹਮਣੇ ਉਹੀ ਆਏ ਆਓ ਜਿਹਨੇ ਐਨ ਕਰੀਏ ਸਿਰਾ ਕਰਾਇਆ ਹੋਇਆ ਹੈ ਕਹਿੰਦੇ ਜਿਹਨੇ ਪਹਿਲੀ ਓਵਰ ਦੀ ਸਿਰਾ ਕਰਵਾਇਆ ਹੋਇਆ ਇਹ ਕਹਿੰਦੇ ਉਹੀ ਹੈ ਪਰ ਹੁਣ ਆਓ
ਖਿਡਾਰੀ ਨੇ ਕਹਿੰਦੇ ਜੋੜ ਦਿੱਤਾ ਮੇਰੀ ਵੀਰਿਓ ਅੱਠ ਓਵਰਾਂ ਦੇ ਮੁਕਾਬਲੇ ਜਿਹੜੇ ਕਹਿੰਦੇ ਕਰਵਾਏ ਜਾ ਰਹੇ ਹੈ। ਉਧਰ ਸਾਡੇ ਜਗਦੇਵ ਸਿੰਘ ਜੀ ਜਰਮਨ ਵਾਲੇ ਆਓ ਜਿਨ੍ਹਾਂ ਵੱਲੋਂ ਤੀਜਾ ਪ੍ਰਾਈਜ ਜਿਹੜਾ ਸਪੌਂਸਰ ਕੀਤਾ ਗਿਆ ਹੈ ਵੱਡਾ ਧੰਨਵਾਦ ਜਗਦੇਵ ਸਿੰਘ ਜੀ ਜਰਮਨ ਆਓ ਵੱਡੇ ਯੋਗਦਾਨ ਹੈ ਇਹ ਵੀ ਸੋਨੀ ਵੱਡਾ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਧੰਨਵਾਦ ਹੈ ਸਰਦਾਰ ਜਗਦੇਵ ਸਿੰਘ ਜੀ ਜਰਮਨ ਵਾਲੇ ਜਿਨ੍ਹਾਂ ਵੱਲੋਂ ਤੀਜਾ ਜਿਹੜਾ ਇਨਾਮ ਹੈ ਸਪੌਂਸਰ ਕੀਤਾ ਗਿਆ ਹੈ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਪਰਮਾਤਮਾ ਮੇਰ ਕਰੇ ਪਰਿਵਾਰ ਤੇ ਨਾ ਸਾਹਮਣੇ ਭਾਰੂ ਦੀ ਬਾਲ ਜਿਹੜੀ ਫਿਰ ਪੈਣ ਜਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਲਓ ਇੱਕ ਆਓ ਡੱਬੇ ਫੜਾ ਦੋ ਡੱਬਾ ਨੀ ਡੱਬੇ ਫੜਾ ਦੋ ਬਾਲਾਂ ਦੇ ਅੱਠ ਅੱਠ ਓਵਰ ਹੈ ਔਰ ਗੱਲਾਂ ਟਿਕਾਣੇ ਹੈ ਪ੍ਰਬੰਧਕ ਕਮੇਟੀ ਦਾ ਸਾਰੇ ਭਰਾਵਾਂ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਕਰਦੇ ਹੈ ਕਿਉਂਕਿ ਹਰ ਸਾਲ ਮੇਲਾ ਕਰਵਾਉਂਦੇ ਆ ਸਾਡੇ ਵੀਰ ਔਰ ਕ੍ਰਿਕਟ ਨੂੰ ਕਹਿੰਦੇ ਪਿਆਰ ਕਰਦੇ ਆ ਮੇਰੇ ਵੀਰੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਤਲਵਿੰਦਰ ਵੀ ਕਹਿੰਦੇ ਆਇਆ ਹੋਇਆ ਹਮੀਦੀ ਵਾਲਾ ਉਹਨੇ ਵੀ ਕਹਿੰਦੇ ਕੈਮਰੇ ਜਿਹੜੇ ਸੈੱਟ ਕੀਤੇ ਆ ਔਰ ਫੇਸਬੁੱਕ ਤੇ ਕਹਿੰਦੇ ਦੁਨੀਆ ਨੂੰ ਜੋੜਿਆ ਹੋਇਆ ਸਾਡੇ ਭਰਾ ਨੇ ਔਰ ਲੱਕੀ ਪੁਰਵਾ ਦੀ ਟੀਮ ਦਾ ਬਹੁਤ ਬੜਾ ਧੰਨਵਾਦ ਆ ਸਹਿਬਾਜ ਵਰਗੇ ਨਿੱਕੇ ਵਰਗੇ ਤੇ ਲੱਕੀ ਹੋਣੀ ਤੇ ਪਵਨ ਦਾ ਕਹਿੰਦੇ ਬਹੁਤ ਬੜਾ ਧੰਨਵਾਦ ਹੈ ਆਪ ਸਾਹਮਣੇ ਰਣ ਜਿਹੜੇ ਫਿਰ ਚਾਰ ਉਤਾਜੀ ਮੁੰਡੇ ਨੇ ਜੋੜ ਦਿੱਤੇ ਆਓ ਰਣ ਜਿਹੜੇ ਚਾਰ ਜੋੜ ਦਿੱਤੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਐਨ ਕਹਿ ਦਈਏ ਵੱਡਾ ਮੇਲਾ ਕਹਿੰਦੇ ਖੇਡ ਕਾਸਕੋ ਦਾ ਸੱਤੀ ਪਾਲਸਣ ਵੀ ਆਇਆ ਹੋਇਆ ਹੈ ਐਨ ਕਹਿ ਦਈਏ ਉਹ ਵੈਬਸਾਈਟ ਹੋਈ ਹੈ ਜਿਹੜੀ ਬਾਹਰ ਜਾ ਕੇ ਕਹਿੰਦੇ ਲਾਈਵ ਕਰਕੇ ਆਈ ਹੈ ਵੱਡਾ ਧੰਨਵਾਦ ਹੈ ਪੰਜਾਬ ਕਾਸਕੋ ਵਾਲਾ ਸੱਤੀ ਪਾਲਸਣ ਕਹਿੰਦੇ ਕ੍ਰਿਕਟ ਦਾ ਪ੍ਰੈਸ ਰਿਪੋਰਟਰ ਆਇਆ ਹੋਇਆ ਮੇਰੇ ਵੀਰੋ ਕ੍ਰਿਕਟ ਦਾ ਪ੍ਰੈਸ ਰਿਪੋਰਟਰ ਆਇਆ ਹੋਇਆ ਸੱਤੀ ਪਾਲਸਣ ਬਹੁਤ ਬੜਾ ਧੰਨਵਾਦ ਹੈ ਉਹ ਖਬਰਾਂ ਕੱਢ ਕੇ ਲੈ ਕੇ ਆਉਂਦਾ ਜਿਹੜੀਆਂ ਐਨ ਪਤਾ ਨਹੀਂ ਹੁੰਦਾ ਦੁਨੀਆ ਨੂੰ ਉਹ ਖਬਰਾਂ ਕੱਢ ਕੇ ਲੈ ਕੇ ਆਉਂਦਾ ਬਹੁਤ ਬੜਾ ਧੰਨਵਾਦ ਹੈ ਕਾਕੋਵਾਲ ਦੇ ਪਿੱਲੇ ਨੇ ਮੇਲਾ ਲੁੱਟਿਆ ਆਓ ਸਾਹਮਣੇ ਕਹਿੰਦੇ ਭਾਰੂ ਦੀ ਬਾਲ ਤੇ ਆ ਅੱਜ ਵਾਕੇ ਬੱਲੇ ਬੱਲੇ ਕਰਾ ਰਿਹਾ ਹੈ ਪਰ ਭਾਰੂ ਲੁਧਿਆਣੇ ਵਾਲਾ ਭਾਰੂ ਐਨੀ ਸਰਨਾ ਹਿੱਕ ਚ ਵੱਜਣਾ ਪੈਣਾ ਇਹਦੀ ਹਿੱਕ ਚ ਵੱਜਣਾ ਪੈਣਾ ਬਾਈ ਓਏ ਰਹਿੰਦੀਆਂ ਵਾਲਾ ਤਗੜੀਆਂ ਪਾ ਦੇ ਵੱਡੀ ਵਿਕਟ ਦਾ ਪੱਤਰ ਹੋ ਗਿਆ ਹੈ ਕਾਲੇ ਦੀ ਕਹਿੰਦੇ ਐ ਜਿਹੜੀ ਖੇਡ ਬੜੀ ਨਿਰਾਲੀ ਇੱਕ ਵਾਰ ਤਾੜੀ ਮਾਰ ਦਿਓ ਕਾਲੇ ਦੇ ਨਾਂ ਤੇ ਜੋ ਮੁੰਡੇ ਦੀ ਖੇਡ ਵਧੀਆ ਲੱਗੀ ਹੈ ਕਾਲੇ ਭਾਈ ਰੁੱਪੇ ਨੇ ਕਹਿੰਦੇ ਸਿਰਾ ਕਰਵਾ ਦਿੱਤਾ ਹੈ ਅਗਲਾ ਖਿਡਾਰੀ ਕੌਣ ਉਸਤਾਦ ਜੀ ਦੱਸੋ ਸਿਰਾ ਫੁੱਲੋ ਖੇੜੇ ਵਾਲਾ ਮੈਨੂੰ ਕਾਪਾ ਲੱਗਦਾ ਹੈ ਫੁੱਲੋ ਖੇੜੇ ਵਾਲਾ ਕਾਪਾ ਆਹ ਦੁਨੀਆ ਦਾ ਮਹਾਨ ਖਿਡਾਰੀ ਮੇਰੇ ਪੰਜਾਬੀ ਵੀਰੋ ਆਹ ਮੁੰਡੇ ਨੇ ਵੀ 6 ਮੋਟਰਸਾਈਕਲ ਜਿੱਤੇ ਹੋਏ ਹੈ ਇੱਕ ਮਰੂਤੀ ਗੱਡੀ ਆਹ ਮੁੰਡੇ ਨੇ ਕਹਿ ਦਈਏ ਆਹ ਜਿੱਤੀ ਹੋਈ ਹੈ ਮੇਰੇ ਪੰਜਾਬੀ ਵੀਰੋ ਵੀ ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਦੱਸੋ ਜੀ ਚੱਕੇ ਜਾਮ ਹੋ ਗਏ ਕਿੰਨੇ ਰਨ ਹੋਏ ਹੈ
ਬਿੱਲਾ ਕਹਿੰਦੇ ਕਾਕੋ ਵਾਲੀ ਆ, ਵੱਡਾ ਧੰਨਵਾਦ ਹੈ। ਦੱਸੋ ਜੀ ਰਨ ਦੱਸ ਦਿਆ ਕਰੋ ਲੈਵਨ ਜੀ। ਪੰਜ ਓਵਰ ਹੋ ਗਏ ਖੱਬੇ, ਪੰਜ ਹੋ ਗਏ, 72 ਸਕੋਰ ਬਣ ਗਿਆ 72, 72 ਸਕੋਰ ਜਿਹੜੇ ਬਣ ਚੁੱਕੇ ਆ, 72 ਸਕੋਰ ਜਿਹੜੇ ਬਣ ਚੁੱਕੇ ਆ। ਅਗਲਾ ਓਵਰ ਉਸਤਾਦ ਜੀ ਤੁਹਾਡੇ ਐਨ, ਕਹਿੰਦੇ ਇਲਾਕੇ ਦੇ ਵਿੱਚ ਆਹ ਖਿਡਾਰੀ ਨੇ ਕਹਿੰਦੇ ਮੋਟਰਸਾਈਕਲ ਜਿੱਤਿਆ ਜ਼ਿੰਦਗੀ ਦਾ ਪਹਿਲਾ ਧੁਨਾ ਹੈ ਕਹਿੰਦੇ ਲੁਧਿਆਣੇ ਵਾਲਾ, ਧੁਨਾ ਹੈ ਲੁਧਿਆਣੇ ਵਾਲਾ ਵਾਰਡ ਨੰਬਰ 6 ਆਹ ਖਿਡਾਰੀ ਨੂੰ ਕਹਿੰਦੇ ਪੈ ਜਾਂਦਾ ਤੇ ਧੁਨਾ ਨਾਮ ਹੈ ਖਿਡਾਰੀ ਦਾ, ਇੱਕ ਐਲਈਡੀ ਵੀ ਜਿੱਤੀ ਹੈ ਔਰ ਗੱਲਾਂ ਟਿਕਾਣੇ ਲਾਉਂਦਾ ਹੈ ਲੁਧਿਆਣੇ ਵਾਲਾ ਧੁਨਾ। ਪਰ ਸਾਹਮਣੇ ਕੌਣ, ਪੋਪਲ ਮਲੂਕਪੁਰੀਆ, ਹਾਂ ਮਲੂਕਪੁਰੀਆ ਪੋਪਲ ਰਨ ਸਿੰਗਲ ਜੋੜ ਗਏ, ਪਰ ਧੁਨੇ ਦੀ ਸਿਫਤ ਕਰਾਂ ਆਹ ਖਿਡਾਰੀ ਨੇ ਜ਼ਿਲ੍ਹੇ ਸੰਗਰੂਰ ਦੇ ਵਿੱਚੋਂ ਚੱਠੇ ਨਨਹੇੜੇ ਦੇ ਵਿੱਚੋਂ ਆਪਣੀ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਹੋਇਆ ਹੈ, ਇੱਕ ਐਲਈਡੀ ਜਿੱਤੀ ਹੋਈ ਹੈ ਵੀ ਮੈਂ ਫਸਲ ਵੇਚ ਕੇ ਆਇਆ ਨੀ, ਤੇਰਾ ਸਿਰੋਂ ਅਲਾਮਾ ਲਾਇਆ ਨੀ, ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾਂ ਬੋਲਦੀਆਂ, ਮੈਨੂੰ ਟੈਲੀਵਿਜ਼ਨ ਲੈ ਦੇ ਹੋਏ ਤਸਵੀਰਾਂ ਬੋਲਦੀਆਂ, ਮੈਨੂੰ ਟੈਲੀਵਿਜ਼ਨ ਲੈ ਦੇ ਹੋਏ ਤਸਵੀਰਾਂ ਬੋਲਦੀਆਂ, ਵਾ ਓਏ ਧੁੰਨਿਆ ਐਨ ਕਹਿੰਦੇ ਮੁੰਡਾ ਤਗੜੀਆਂ ਬਾਲਾਂ ਪਾ ਕੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ। ਦਿਆਲਪੁਰੀਆ ਜੱਟ ਵੀ ਕਹਿੰਦੇ ਚੇਚੇ ਤੌਰ ਤੇ ਆਏ ਹੋਏ ਅੱਜ ਇਸ ਖੇਡ ਮੇਲੇ ਦੇ ਨਾਲ, ਦਿਆਲਪੁਰੀਆ ਜੱਟ ਧੰਨਵਾਦ ਸਾਰੇ ਭਰਾਵਾਂ ਦਾ ਕਰਦੇ ਜਾਵਾਂਗੇ। ਪਰ ਸਾਹਮਣੇ ਧੁੰਨੇ ਦੀ ਬਾਲ, ਆਓ ਖਿਡਾਰੀ ਨੇ ਕਹਿੰਦੇ ਸੋਹਣੀ ਫੀਲਡ ਜਿਹੜੀ ਕਰ ਦਿੱਤੀ ਹੈ ਤੇ ਬਾਲ ਜਿਹੜੀ ਡਾਟ ਹੋ ਚੁੱਕੀ ਹੈ, ਐਨ ਟੋਨੀ ਨੇ ਵੀ ਗਰਦਨ ਤੇ ਕਹਿੰਦੇ ਐਨ ਧੂਰੀ ਵਾਲਾ ਜਿਹੜਾ ਝਾਵਾਂ ਚੰਗਾ ਹੀ ਫੇਰਿਆ, ਕਿਉਂਕਿ ਐਨ ਕਹਿੰਦੇ ਗਰਦਨ ਵੀ ਸੁਨਹਿਰੀ ਹੋਣੀ ਅੱਜ ਤੇ, ਗਰਦਨ ਸੁਨਹਿਰੀ ਹੋਣੀ ਹੈ, ਸੋਨੇ ਦੀ ਚੈਨ ਗੋਲਡ ਚੈਨ ਭੱਟੀਆਂ ਟਾਹਲੇ ਭਰਾਵਾਂ ਨੇ ਪਾਉਣੀ ਹੈ, ਪਰ ਸਾਹਮਣੇ ਤਲਵਿੰਦਰ ਵੀਰੇ ਸ਼ਾਇਦ ਨਹੀਂ ਆਇਆ, ਉਧਰ ਸਾਡਾ ਵੀ ਦੀਪਕ ਲੁਧਿਆਣੇ ਵਾਲਾ ਕਹਿੰਦਾ ਕਿਉਂਕਿ ਐਨ ਯਾਰੀ ਪੱਕੀ ਹੈ, ਨੰਗਲਾਂ ਵਾਲਾ ਕਾਕਾ ਅਮਰਜੀਤ ਆਦਮਪੁਰੇ ਵਾਲਾ ਚਹੇਤਾ ਖਿਡਾਰੀ ਹੈ, ਕਰੀ ਗੱਲ ਮੁੰਡੇ ਸੰਦੀਪ ਆ ਗਿਆ, ਕਹਿੰਦੇ ਸੰਦੀਪ ਆ ਗਿਆ, ਪਰ ਜੇ ਸੰਦੀਪ ਕਹੀਏ ਤੇ ਦੁਨੀਆਂ ਨੂੰ ਪਤਾ ਨੀ ਲੱਗਦਾ, ਪਰ ਜੇ ਨੰਗਲ ਕਰਾਰ ਖਾਂ ਦੀ ਧਰਤੀ ਦਾ ਕਾਕਾ ਕਹੀਏ ਤੇ ਦੁਨੀਆਂ ਨੂੰ ਵਾਕੇ ਪਤਾ ਲੱਗ ਜਾਂਦਾ ਵੀ ਇੱਥੋਂ ਤੇ 3 ਕਿਲੋਮੀਟਰ ਦੂਰੋਂ ਅੱਜ ਤੋਂ 1 ਸਾਲ ਪਹਿਲਾਂ ਖਿਡਾਰੀ ਨੇ ਮੋਟਰਸਾਈਕਲ ਜਿੱਤ ਕੇ ਬੱਲੇ ਬੱਲੇ ਕਰਵਾਈ ਹੈ। ਇਹ ਆ ਕਾਕਾ ਕਹਿੰਦੇ ਮੇਰੇ ਵੀਰਿਓ ਐਨ ਨੰਗਲ ਕਰਾਰ ਖਾਂ ਦੀ ਧਰਤੀ ਦਾ ਰਣ ਜਿਹੜੇ 4 ਆਦੀ ਟਿੱਪਣੀ ਜੋੜਦਾ ਹੋਇਆ, ਲਓ ਕਹਿੰਦੇ ਬਾਲ ਪਾਉਣ ਦੇ ਲਈ ਫੇਰ ਧੁਨਾ ਕੇ ਬਲ ਵੱਧਦਾ ਹੋਇਆ, ਲਓ ਧੁਨਾ ਕਹਿੰਦੇ ਫੇਰ ਬਾਲ ਪਾਰੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ, ਅੱਜ ਭੱਟੀਆਂ ਟਾਹਾਂ ਦੀ ਧਰਤੀ ਹੈ ਵੀ ਕਿਸੇ ਮਰਜ਼ੀ ਤੋਂ ਪੁੱਛ ਲਈ, ਸਾਡੇ ਬੇੜੀ ਵਾਲੇ ਘਰ ਦਾ ਵਿੱਚ ਸ਼ਾਮ ਲਾਟ ਦੇ ਨੀ, ਹੋਊਗਾ ਮੱਝਾਂ ਦਾ ਬਗ ਚਰਦਾ, ਮੁੰਡੇ ਕ੍ਰਿਕਟ ਖੇਡਦੇ ਨੇ ਵਿੱਚ ਭੱਟੀਆਂ ਦੇ ਸਾਰੇ ਖੇਡਾਂ ਵੇਖਣੀਆਂ, ਜੋੜ ਦਿੱਤੀਆਂ। 84 ਸਕੋਰ ਜਿਹੜੇ ਬਣ ਚੁੱਕੇ ਆ, ਰਹਿੰਦੀਆਂ 12 ਬਾਲਾਂ ਜਿਹੜੀਆਂ ਬਾਕੀ ਹੋਣੀਆਂ,
ਔਰ ਬਹੁਤ ਬੜਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ, ਕਹਿੰਦੇ ਬੜਾ ਧੰਨਵਾਦ ਕਰਦੇ ਹਾਂ ਸਾਡਾ ਯਾਰਾਂ ਦਾ ਯਾਰ ਗੁਰਜੀਤ ਖਰੌੜ ਜਲੈਲਾਂ ਦੀ ਧਰਤੀ ਦਾ ਜ਼ਿਲ੍ਹੇ ਪਟਿਆਲੇ ਵਾਲਾ, ਉਹ ਕਹਿੰਦਾ ਜੀ ਅੱਜ ਧੁੰਨਾ ਸਿਰੀ ਜਾਂਦਾ ਹੈ ਤੇ 3100 ਦੇ ਆਪਾਂ ਵੱਡੇ ਮਾਣ ਸਨਮਾਨ ਜਲੈਲਾਂ ਦੀ ਧਰਤੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਆਪਾਂ ਕੋਈ ਨਹੀਂ ਆਇਆ ਗੁਰਜੀਤ ਖਰੌੜ ਸੱਦੇ ਦੇ ਰਿਹਾ ਵੱਡਾ ਮੇਲਾ ਹੋਣਾ ਹੈ, ਪਰ ਆ ਮੁੰਡਾ ਨਾਂ ਪੁੱਛ ਲੈ ਕੀ ਨਾਂ ਹੈ ਸੋਨੀ ਜਿਹੜਾ ਮੁੰਡਾ ਬੱਲਾ ਪਾਵੇਗਾ ਲਾਓ ਸਾਹਮਣੇ ਮਨੀ ਹੈ ਕਹਿੰਦੇ ਮੇਰੇ ਵੀਰੇ ਜਿਹੜੇ ਖਿਡਾਰੀ ਨੇ ਅਗਲੇ ਓਵਰ ਦੀ ਸ਼ੁਰੂਆਤ ਕਰ ਦਿੱਤੀ, ਇਹਨੇ ਵੀ ਧੂਰੀ ਵਾਲਾ ਸਕੂਟਰ ਜਿੱਤੇ ਹੋਏ ਹੈ, ਆਹ ਮਨੀ ਨੇ ਕਹਿੰਦੇ ਪਹਿਲੀ ਵਾਰ ਜਿਹੜੀ ਸਿਰੇ ਦੀ ਭਾ ਦਿੱਤੀ ਹੈ, ਬਾਲ ਜਿਹੜੀ ਡੌਟ ਹੋ ਚੁੱਕੀ ਹੈ ਔਰ ਕਾਪਾ ਹੈ ਕਹਿੰਦੇ ਮੇਰੇ ਵੀਰੇ ਐਨ ਫਰਾੜ ਪਰਿਵਾਰ ਦਾ ਕਾਪਾ ਹੈ, ਅਗਲੀ ਵਾਰ ਦਾ ਫਿਰ ਸਾਹਮਣਾ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਸੁੱਖੀ ਹੈਗਾ ਵੀਰੇ ਸੁੱਖੀ ਅਗਲਾ ਮੈਚ ਮੇਰੇ ਪੰਜਾਬੀ ਵੀਰੇ ਚੱਲੇ ਨਾ ਦੁਨੀਆ ਦੇ ਸਟਾਰ ਦੁਨੀਆ ਦੇ ਬੱਲੇ ਬੱਲੇ ਕਰਵਾਈ ਹੋਈ ਹੈ ਵਧੀਆ ਮੈਚ ਹੋ ਅਗਲਾ ਇੱਕ ਜਿੱਤਿਆ ਵੀ ਸਕੂਟਰ ਜਿੱਤਿਆ ਤੇ ਸਕੂਟਰ ਦੇ ਵਿੱਚ ਲੈ ਵੀ ਧੂਰੀ ਵਾਲਿਆ ਅੱਜ ਕਿੰਨੀ ਕੀ ਪਾਵਰ ਹੈ ਤੇ ਦੱਸਣੀ ਪੈਣੀ ਹੈ, ਇਹ ਤੇ ਦੱਸਣੀ ਪੈਣੀ ਆ ਉਹ ਮਣੀ ਦੱਸਣੀ ਪੈਣੀ ਹੈ ਫੁੱਲੋ ਖੇੜੇ ਵਾਲੇ, ਆਹ ਕਾਪੇ ਨੇ ਕਹਿੰਦੇ ਮਾਣੀ ਖੇੜੇ ਦੇ ਕੱਪ ਤੋਂ ਇੱਕ ਅਮਰੂਦੀ ਗੱਡੀ ਜਿੱਤੀ ਹੋਈ ਹੈ ਮਾਣੀ ਮਨੀ ਬਾਲ ਪਾਉਣ ਲਈ ਫੇਰ ਅੱਗੇ ਬਲ ਵਾਧਾ ਹੋਇਆ, ਕਾਪਾ 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 ਆਓ ਰਨ ਜਿਹੜਾ ਇੱਕ ਖਿਡਾਰੀ ਨੇ ਕਹਿੰਦੇ ਜੋਰ ਦਿੱਤਾ, ਕਾਪੇ ਨੇ ਰਨ ਜਿਹੜਾ ਇੱਕ ਜੋਰ ਦਿੱਤਾ, ਲਓ ਕਾਪਾ ਗਿਆ ਤੇ ਕਾਕਾ ਆ ਗਿਆ ਜੀ ਕਰਿਓ ਗੱਲ, ਲਓ ਕਾਕਾ ਆ ਗਿਆ ਨੰਗਲ ਚੰਨ ਵਰਗਿਆ ਹਾਣਦਿਆ ਸਾਰਾ ਜ਼ਿਲ੍ਹਾ ਜਲੰਧਰ ਸੂਨਾ ਕਰ ਗਿਆ ਹਾਣਦਿਆ, ਸਾਰਾ ਜ਼ਿਲ੍ਹਾ ਜਲੰਧਰ ਸੂਨਾ ਕਰ ਗਿਆ ਹਾਣਦਿਆ ਨੰਗਲ ਕਰਾਰ ਖਾਂ ਦੀ ਧਰਤੀ ਦਾ, ਲਓ ਸਾਹਮਣੇ ਰਾਮਾ ਮੰਡੀ ਦੇ ਇਲਾਕੇ ਦਾ ਕਹਿੰਦੇ ਸਟਾਰ ਖਿਡਾਰੀ, ਆਓ ਸਾਹਮਣੇ ਕਾਕੇ ਨੇ ਰਨ ਜਿਹੜੇ ਫੇਰ ਛੇ ਜੋੜ ਦਿੱਤੇ ਨੇ, ਤਿੰਨ ਖੇਡੀਆਂ ਦੋ ਛੱਕੇ ਤੇ ਇੱਕ ਚੌਕਾ ਲਾ ਦਿੱਤਾ ਹੈ, ਇਹ ਆ ਕਾਕਾ ਕਹਿੰਦੇ ਨੰਗਲ ਕਰਾਰ ਖਾਂ ਦੀ ਧਰਤੀ ਦਾ ਮੇਰੇ ਵੀਰੋ ਰਨ ਜਿਹੜੇ ਛੇ, ਆਓ ਖਿਡਾਰੀ ਨੇ ਕਹਿੰਦੇ ਫੇਰ ਆਪਣੀ ਟੀਮ ਲਈ ਜੋੜ ਦਿੱਤੇ ਹੈ, ਅਗਲੀ ਬਾਲ ਮੁੰਡਾ ਫੇਰ ਪਾਉਣ ਦੇ ਲਈ ਕਹਿੰਦੇ ਅੱਗੇ ਵੱਲ ਵਾਧਾ ਹੋਇਆ, ਲਓ ਮੁੰਡਾ ਕਹਿੰਦੇ ਮਣੀ ਕਹਿੰਦੇ ਫੇਰ ਬਾਲ ਪਾ ਰਿਹਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਜ਼ਿਲ੍ਹੇ ਲੁਧਿਆਣੇ ਵਾਲਾ, ਪਰ ਸਾਹਮਣੇ ਨੰਗਲ ਕਰਾਰ ਖਾਂ ਦੀ ਧਰਤੀ ਦਾ ਕਾਕਾ ਦੁਨੀਆ ਦਾ ਮਹਾਨ ਹੈ, ਐਨ ਕਹਿੰਦੇ ਵੱਡੇ ਵੱਲ ਖੇਡ ਰਹੇ ਹੈ, ਲੈ ਵੀ ਸੋਨੀ ਸਹੀ ਚੱਲੀ ਜਾਂਦਾ ਵੀਰੇ ਬਹੁਤ ਸਹੀ ਰਨ ਕਿੰਨੇ ਹੋ ਗਏ ਹੈ 103 103 ਸਕੋਰ ਜਿਹੜੇ ਵੱਧ ਚੁੱਕੇ ਆ ਮੇਰੇ ਵੀਰੇ 103 ਸਕੋਰ ਉਹ ਜਿਹੜੇ ਵੱਧ ਚੁੱਕੇ ਆ, ਕਿੰਨੇ ਓਵਰ ਹੋ ਗਏ ਮੋਹਿਤ ਭਗਤ ਸਾਡਾ ਭਰਾ ਹੈ ਜਿਹਨੇ ਕਹਿੰਦੇ ਐਨ ਗੋਲਡ ਚੈਨ ਦੇ ਨਾਲ ਟੋਨੀ ਨੂਰਪੁਰ ਵਾਲ ਦਾ ਕਹਿੰਦੇ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਕਰਨਾ ਮੋਹਿਤ ਭਗਤ ਦਾ ਸਾਡੇ ਭਰਾ ਦਾ ਬਹੁਤ ਬੜਾ ਧੰਨਵਾਦ, ਵੱਡਾ ਧੰਨਵਾਦ ਮੋਹਿਤ ਭਗਤ ਜਿਹਨੇ ਪਿਛਲੇ ਸਾਲ ਕਹਿੰਦੇ ਐਨ ਐਨ ਚਾਂਦੀ ਦੀ ਚੈਨ ਦੇ ਨਾਲ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਸੀ, ਐਤਕੀ ਕਹਿੰਦੇ ਸੋਨੇ ਦੀ ਚੈਨ ਪਾ ਕੇ ਵੱਡੇ ਮਾਣ ਸਨਮਾਨ ਕਰਨਾ, ਬਹੁਤ ਬਹੁਤ ਮੁਬਾਰਕਾਂ ਹੈ ਆਹ ਟੋਨੀ ਨੂਰਪੁਰ ਬੇਟ ਦੀ ਧਰਤੀ ਦਾ, ਆਹ ਦੁਨੀਆ ਉੱਡਣਾ ਕਹਿੰਦੀ ਹੈ ਮੇਰੇ ਪੰਜਾਬੀ ਵੀਰਿਓ, ਪਰ ਸਾਹਮਣੇ ਵੇਖਾਂਗੇ ਫੁੱਲੋ ਖੇੜ ਦਾ ਕਾਪਾ ਕਰਦਾ ਕੋਸ਼ਿਸ਼ ਰਣ ਸਿੰਘਲਾ ਧੁੰਨਾ ਫੇਰ ਆ ਗਿਆ, ਲਓ ਸਾਹਮਣੇ ਧੁੰਡਾ ਕਹਿੰਦੇ ਫੇਰ ਆ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ, ਉਧਰੋਂ ਤੁਹਾਨੂੰ ਸਾਡਾ ਵੀਰ ਦਰਾਹੇ ਵਾਲਾ ਕਹਿੰਦੇ ਮੇਰੇ ਵੀਰੇ ਹੁੱਜਾ ਪਰਿਵਾਰ ਦਾ ਹੈ ਔਰ ਨਾਲ ਜਸਦੀਪ ਮਾਂਗ ਟੋਣੀ ਕਹਿੰਦੇ ਅੱਜ ਚੇਚੇ ਤੌਰ ਤੇ ਆਏ ਹੋਇਆ ਲਵੀ ਧੂਰੀ ਆਇਆ ਤੁਹਾਨੂੰ ਦੇ ਨਾਲ ਜਸਦੀਪ ਆਇਆ ਦਰਾਹੇ ਤੋਂ ਅੱਜ ਮੇਲਾ ਵੇਖਣ ਦੇ ਲਈ, ਇੱਕ ਵਾਰ ਤੂੰ ਵੀ ਆਪਣੇ ਸੋਹੇ ਬੁੱਲਾਂ ਦੇ ਨਾਲ ਧੰਨਵਾਦ ਕਰ, ਆਹ ਵੱਡਾ ਧੰਨਵਾਦ ਸਾਡੇ ਦਰਾਹੇ ਵਾਲੇ ਵੀਰਾਂ ਦਾ, ਰਾਮਾ ਮੰਡੀ ਦਾ ਮੇਲਾ ਵੀਰੇ ਕੱਖ ਹੈ ਬੰਗਲਾ ਚਾਹੁੰਦਾ ਹੈ ਵੀ ਦਰਾਹੇ ਦਾ ਮੇਲਾ ਖੇਡੀਏ, ਉਹ ਮੇਲਾ ਵੀ ਜਿੱਥੇ
ਖਿਡਾਰੀ 9-9, 10-10 ਹਜ਼ਾਰ ਐਨ 15-15 ਹਜ਼ਾਰ ਦੇ ਸਨਮਾਨ ਤਗੇ ਆਹ ਗੀਤੇ ਜਾਂਦਾ ਮੇਰੇ ਪੰਜਾਬੀ ਬਰਦਰਾਹੇ ਵਾਲੇ ਭਰਾਵਾਂ ਦਾ ਵੱਡਾ ਧੰਨਵਾਦ। ਪਰ ਧੁੰਨਾ ਫੇਰ ਇੱਕ ਛੱਕਾ ਕਹਿੰਦੇ ਨੰਗਲਾ ਵਾਲਾ ਕਾਕਾ ਮਾਰ ਗਿਆ
ਨਹੀਂ ਆਇਆ ਬਾਈ, ਤਲਵਿੰਦਰ ਨਹੀਂ ਆਇਆ। ਅੰਬਰ ਵੀ ਨਹੀਂ ਆਇਆ ਬਾਈ, ਭਾਜੀ ਅੰਬਰ ਨਹੀਂ, ਅੰਬਰ ਵੀ ਨਹੀਂ ਹੈਗਾ, ਅੰਬਰ ਵੀ ਨਹੀਂ ਹੈਗਾ, ਤਲਵਿੰਦਰ ਵੀ ਨਹੀਂ ਹੈਗਾ। ਠੀਕ ਹੈ ਠੀਕ, ਤਲਵਿੰਦਰ ਅਗਲੇ ਮੈਚ ਆਊਗਾ ਬਾਈ। ਵੀਰੇ ਕਰ ਦਈਏ ਮੈਚ ਸਟਾਰਟ ਜਲਦੀ ਨਾਲ, ਬੈਟਸਮੈਨ ਆ ਜਾ ਵੀਰੇ ਜਲਦੀ ਨਾਲ, ਬੈਟਸਮੈਨ ਕਿਰਪਾ ਕਰਕੇ ਜਲਦੀ ਨਾਲ ਆ ਜਾਣ ਮੇਰੀ ਬੇਨਤੀ ਹੈ, ਤੇ ਮੈਚ ਆਪਾਂ ਸ਼ੁਰੂ ਕਰ ਦਈਏ ਵੀਰ ਜੀ ਜਲਦੀ। ਮੇਰੀ ਬੇਨਤੀ ਹੈ ਮੈਚ ਆਪਾਂ ਜਲਦੀ ਨਾਲ ਸ਼ੁਰੂ ਕਰ ਦਈਏ, 118 ਬਣੇ ਤੇ 119 ਬਣਾਉਣੇ ਹੈ। ਲੈ ਵੀ ਨੂਰਪੁਰ ਬੇਟ ਵਾਲਿਆਂ ਨੂੰ ਮੈਚ ਕਹਿੰਦੇ ਕਾਹਦਾ ਤਗੜਾ ਖੇਡਿਆ ਜਾਣਾ ਹੈ। ਉਧਰ ਟੋਨੀ ਹੋਣੀ ਦੇ ਸੋਨੀ ਹੋਣੀ ਕਹਿੰਦੇ ਜੇ ਭੁੱਚੋ ਆ ਨਾਗਿਨ ਡਾਂਸ ਕਰ ਦਿੰਦਾ ਆਊਟ ਕਰਕੇ, ਤੇ 500 ਦੇ ਵੱਡੇ ਮਾਨ ਹੋਣੇ। ਲੈ ਵੀ ਟੋਨੀ ਬਾਈ ਭੁੱਚੋ ਆ ਦੇ ਨਾਗਿਨ ਡਾਂਸ ਤੇ ਕਹਿੰਦੇ 500 ਦਿੱਤਾ ਜਾਣਾ ਹੈ। ਰਣਜੀਤ ਸਿੰਘ ਫਲੈਗੀ ਹੈ ਨਾਲ, ਕਹਿੰਦੇ ਕਰਵਿੰਦਰ ਸਿੰਘ ਬਰਾੜ ਹੈ ਨਾਲ, ਕਹਿੰਦੇ ਮੇਰੇ ਵੀਰੇ ਪੋਪਲ ਮਲੂਪਰ ਦੀ ਧਰਤੀ ਦਾ ਟਾਪਾ ਫੋਲੋ ਖੇੜੀ ਦਾ, ਤੇ ਕਹਿੰਦੇ ਮੇਰੇ ਵੀਰੇ ਗਗੜਾ ਕਾਲੇਕੇ ਦੀ ਧਰਤੀ ਦਾ ਨਾਲ, ਕਹਿੰਦੇ ਢਾਬਾ ਵਾਲਾ ਸ਼ਾਂਤੀ ਪੁੱਜਿਆ ਹੋਇਆ ਸਲੀਮ ਖਾਨ ਤਲਵੰਡੀ ਸਾਬੋ ਦੀ ਧਰਤੀ ਦਾ, ਆਪਣਾ ਜਗਰਾਵਾਂ ਦੀ ਧਰਤੀ ਦਾ, ਆਸ਼ੂ ਕੋਠੇ ਪੋਨੇ ਪਿੰਡ ਦਾ, ਤੇ ਨਾਲ ਕਹਿੰਦੇ ਫੁਲਟ ਮੋਟਰਸਾਈਕਲ ਅਜੇ ਤੋਂ ਆਪਦਾ ਹਲਾਰ ਰਸੂਲਪੁਰ ਦੀ ਧਰਤੀ ਦਾ, ਪੰਜਾਬ ਭਰ ਦੇ ਵੱਡੇ ਵੱਡੇ ਮੱਲ ਹੈ ਕਾਕਾ, ਕਹਿੰਦੇ ਨੰਗਲਾ ਵਾਲਾ ਵੀ ਅੱਜ ਦੇ ਵੱਡੇ ਖੇਡ ਦਾ ਹਿੱਸਾ ਨੇ ਵੀਰੇ, ਨਾਲ ਕਹਿੰਦੇ ਧੂਰੀ ਵਾਲਾ ਹਰਮਨ ਆਇਆ ਪੀਤਾ ਸ਼ੁਕਰਾ ਹਰਿੰਦਰ ਸ਼ੁਕਰਾ, ਤੇ ਨਾਲ ਕਹਿੰਦੇ ਸਿਪਾਹੀ ਯੂਐਸਏ ਫਰੀਦ ਗਿੱਲ ਜਰਮਨ, ਹੁਣ ਦਾ ਕਹਿੰਦੇ ਵੱਡਾ ਖੇਡ ਕਲਾਬਾ ਮੇਰੇ ਵੀਰੇ, ਤੇ ਦੂਜੇ ਪਾਸੇ ਮਣੀ ਦਾ ਕਹਿੰਦੇ ਨਾਲ ਵੱਡਾ ਖੇਡੇ ਦੇਖਿਆ ਕਿ ਵੀ ਕਹਿੰਦੇ ਇੱਕ ਪਾਸੇ ਐਨ ਦੁਨੀਆਂ ਦੇ ਮੰਨੇ ਪਰਮੰਨੇ ਸਟਾਰ ਖੇਡਦੇ ਆ, ਪਰ ਧੂਰੀ ਵਾਲਾ ਲੋਕੀ ਗੱਲਾਂ ਕਰਦੇ ਆ ਵੀ ਜਿਹੜਾ ਮੁੰਡਾ ਬੈਟਿੰਗ ਤੇ ਐਨ ਧੁੱਦਾ ਲੁਧਿਆਣੇ ਵਾਲਾ, ਜੇ ਕਿਤੇ ਜਨੇਰ ਪਿੰਡ ਵਾਲਾ ਆਸਟ੍ਰੇਲੀਆ ਜਾ ਵਸਿਆ, 15 ਤਰੀਕ ਦੇ ਧੂਰੀ ਵਾਲਾ ਸਾਥੀ ਦੇ ਰਿਹਾ, ਉੱਥੇ ਵੀ ਪੰਜਾਬ ਦੇ ਕਹਿੰਦੇ ਰੁੱਖ ਨੇ ਯੋਧਿਆਂ ਦੀ ਜਿਹੜੀ ਜੰਗ ਹੋਣੀ ਹੈ, ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਅਜਨੇਰ ਪਿੰਡ ਸੱਤੂ ਵਰਗਿਆਂ ਦਾ, ਉੱਥੇ ਵੀ ਕਹਿੰਦੇ ਵੱਡੇ ਵੱਡੇ ਮੰਨ ਲਾਉਣਗੇ ਜਿਹੜੇ ਅੰਪਾਇਰ ਜਿਹੜੇ ਖੜ ਜਾਣ। ਲੈ ਵੀ ਨਾ ਜਾਣਾ ਮੈਚ ਸ਼ੁਰੂ ਕਰਵਾ ਦਈਏ, ਪਹਿਲਾ ਓਵਰ ਕਹਿੰਦੇ ਕਾਲੇ ਕੇ ਪਿੰਡ ਆ ਮੁੰਡੇ ਦਾ, ਲਓ ਸਾਹਮਣੇ ਦੇਖਾਂਗੇ ਵੀ ਗਗਨ ਕਾਲੇ ਕੇ ਦੀ ਧਰਤੀ ਦਾ ਕਹਿੰਦੇ ਪਹਿਲਾ ਓਵਰ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਲੈ ਵੀ ਬਾਈ ਪਰ ਮੈਚ ਆਪਾਂ ਕਰਵਾ ਦਈਏ ਸ਼ੁਰੂ ਜਲਦੀ ਦੇ ਨਾਲ, ਅਗਲੇ ਮੈਚ ਦੀਆਂ ਟੀਮਾਂ ਵੀ ਟਾਸ ਕਰਵਾ ਦਈਏ, ਅਗਲਾ ਮੈਚ ਬਣੀ ਰਾਣਾ ਸਾਹਿਬ ਬਾਬਾ ਈਸ਼ਵਰ ਸਿੰਘ ਕ੍ਰਿਕਟ ਕਲੱਬ ਰਾਣਾ ਸਾਹਿਬ, ਤੇ ਦੂਜੀ ਸਾਈਡ ਬਾਬਾ ਮਸਤਰਾ ਕ੍ਰਿਕਟ ਕਲੱਬ ਚੱਠੇ ਵਾਲਾ ਦਮਦਮਾ ਸਾਹਿਬ ਦੀ ਟੀਮ ਇਹ ਖੇਡ ਕਲੱਬ ਟਾਸ ਕਰ ਰਿਹਾ ਅਗਲੇ ਮੈਚ ਲਈ, ਉਹ ਵੀ
ਕਹਿੰਦੇ ਸਵੇਰ ਦਾ ਮੈਚ ਖੇਡਿਆ ਜਾਣਾ ਹੈ। ਪਹਿਲਾ ਓਵਰ ਕਾਲੇ ਕੇ ਦੀ ਧਰਤੀ ਹੈ, ਗਗਨ ਨਾਮ ਹੈ ਮੇਰੇ ਵੀਰੇ, ਗਗਨਾ ਕਾਲੇ ਕੇ ਦੀ ਧਰਤੀ ਦਾ ਰਾਮ ਮੁੰਡਾ ਕਹਿੰਦੇ ਲੁਧਿਆਣੇ ਵਾਲਾ। ਆਓ ਸਾਹਮਣੇ ਧੁੰਨਾ ਪਹਿਲੀ ਬਾਲ ਤੇ ਰਾਂਝੜੇ ਚਾਰ ਆਪਣੀ ਟੀਮ ਲਈ ਜੋੜਦੇ, ਕਹੇ ਮੁੰਡਾ ਵੀ ਕਹਿੰਦੇ ਵੀ ਇੱਕ ਮੋਟਰਸਾਈਕਲ ਦਾ ਜੇਤੂ ਹੈ, ਧੁੰਨਾ ਕਹਿੰਦੇ ਲੁਧਿਆਣੇ ਦੀ ਧਰਤੀ ਦਾ, ਇਹ ਵੀ ਮੁੰਡਾ ਕਹਿੰਦੇ ਵੀ ਐਨ ਮੰਨਿਆ ਪ੍ਰਮੰਨਿਆ ਮੇਰੇ ਵੀਰੇ। ਲਓ ਪਹਿਲੀ ਬਾਲ ਤੇ ਰਾਂਝੜੇ ਚਾਰ ਕਹਿੰਦੇ ਮੁੰਡੇ ਨੇ ਜੋੜ ਦਿੱਤੇ ਆ ਖੇਡ ਗਰਾਊਂਡ ਅੰਦਰ, ਮਾਸਟਰ ਆਮ ਕਲੱਬ ਚੱਠੇ ਵਾਲਾ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਕਲੱਬ ਰਾਣਾ ਸਾਹਿਬ ਦੀ ਟੀਮ ਆ ਕੇ ਟਾਸਕ ਕਰ ਰਹੇ ਨੇ ਜਲਦੀ ਦੇ ਨਾਲ ਮੋਟਰਸਾਈਕਲ ਦਾ ਜੇਤੂ ਹੈ। ਇੱਕ ਕਹਿੰਦੇ ਮੁੰਡੇ ਨੇ ਗੱਡੀ ਜਿੱਤੀ ਵਿੱਕੀ ਗਾਉਂਡਰ ਦੇ ਪਿੰਡੋਂ ਸ਼ਰਾਵਾਂ ਬੋਦਲਾਂ ਦੇ ਵਿੱਚੋਂ, ਪਰ ਕਹਿੰਦੇ ਉਧਰ ਸਾਹਮਣੇ ਮੁੰਡਾ ਧੰਨਾ ਲੁਧਿਆਣੇ ਵਾਲਾ ਕੋਸ਼ਿਸ਼ ਕਰਦਾ ਜਿਹੜੀ ਵਿਕਟ ਬਣਾਈ ਨੇ ਥੱਲੇ ਕਿਆ ਵਾਲਿਆ, ਇਹ ਕਹਿੰਦੇ ਭੱਠਿਆ ਵੱਡਿਆਂ ਦੇ ਬਾਂਦਰ ਲੰਡੇ ਕਰੇਗੀ, ਇਹ ਟੋਨੀ ਵਰਗਾ ਨੇ ਤੇ ਭੱਠਿਆਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਕਿ ਮੈਚ ਕਰਵਾਉਣੇ ਆ ਤੇ ਕਰਾਉਣੇ ਵੀ ਕੱਚੀ ਬਿਗੜਦੇ ਆ। ਆਹ ਮੁੰਡਾ ਗਰਾ ਦੇ ਖੇਡ ਮੇਲੇ ਦਾ ਕਹਿੰਦੇ ਫੁਲਟ ਮੋਟਰਸਾਈਕਲ ਦਾ ਜੇਤੂ ਹੈ, ਜਿਹੜਾ ਮੁੰਡਾ ਭੱਜਦਾ ਟਰਾਈ ਕਰਦਾ ਤੇ ਪਰ ਰਨ ਜਿਹੜੇ ਧੁੰਨੇ ਨੇ ਕਹਿੰਦੇ ਵੀ ਚਾਰ ਜ਼ੋਰ ਦਿੱਤੇ ਆ, ਆਹ ਚਾਰਾਂ ਦਾ ਵਾਧਾ 119 ਦਾ ਲੁਧਿਆਣੇ ਵਾਲੇ ਦਾ ਜ਼ੋਰ ਲੱਗਿਆ ਪਿਆ। ਸਾਹਮਣੇ ਭੱਲੇ 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 ਰੀਸਾ ਰਣ ਜਿਹੜੇ ਮੁੰਡੇ ਨੇ ਕਹਿੰਦੇ 6 ਜ਼ੋਰ ਦਿੱਤੇ ਆ, ਸਰੀਰ ਕੈਮਰੇ ਤੋਂ ਥੋੜਾ ਸਾਈਡ ਤੇ ਖੜੀ, ਨੌਜਵਾਨਾਂ ਥੋੜਾ ਸਾਈਡ ਤੇ ਖੜੀ, ਸਕੋਰ ਪੈਂਦੀ ਹੈ। ਪਾਣੀ 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 ਬਾਬਾ ਜੀ ਪਾਣੀ ਪਾਉਂਦਾ ਕਰਦੇ ਗਰਾਊਂਡ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ। ਅੱਜ ਕਹਿੰਦੇ ਇੱਕ ਜਿਹੜੀ ਕੋਲਡ ਡਰਿੰਕ ਪਾਈ ਜਾਣੀ ਹੈ ਤੇ ਪਾਈ ਵੀ ਕਹਿੰਦੇ ਟੋਨੀ ਨੂਰਪੁਰ ਪੇਟ ਵਾਲੇ ਜਾਣੀ ਹੈ, ਵੀ ਟੋਨੀ ਬਾਈ ਬਾਬਿਆਂ ਦੀ ਕੜਾਈ ਵੀ ਕਹਿੰਦੇ ਜਿਹੜੀ ਹਾਜ਼ਰ ਰੱਖੀ, ਚੈਨ ਪਾਈ ਜਾਣੀ ਸੋਰੀ ਕਹਿੰਦੇ ਸੋਨੇ ਦੀ ਚੈਨ ਪਾ ਕੇ ਜਿਹੜੇ ਵੱਡੇ ਸਨਮਾਨ ਹੋਣੇ ਆ, ਐਨ ਗੱਲਾਂ ਹੋਣ ਗਿਆ। ਉਧਰ ਰਾਮੇ ਮਾਨਕੀ ਨੇ ਵੀ ਕਹਿੰਦੇ ਅੱਜ ਦੇ ਵੱਡੇ ਖੇਡਣ ਦੇ ਗੱਲਾਂ ਵੱਖਰੀ ਹੋਣੀਆਂ, ਲਾਲੀ ਰਾਜਾ ਇਹਨੇ ਵੀ ਕਹਿੰਦੇ ਜਿਹੜੇ ਪ੍ਰੋਡਕਟ ਆ ਜਿਹੜੇ ਐਨ ਕਹਿੰਦੇ ਕੋਠੇ ਪੋਟੇ ਵਾਲੇ ਨੇ ਕੈਚ ਜਿਹੜਾ ਕਹਿੰਦੇ ਛੱਡ ਦਿੱਤਾ ਹੈ, ਕੋਠੇ ਪੋਟੇ ਵਾਲੇ ਆਖੀ ਨੇ ਕੈਚ ਜਿਹੜਾ ਡ੍ਰੌਪ ਕਰ ਦਿੱਤਾ ਹੈ ਤੇ ਸਾਹਮਣੇ ਦੇਖਾਂਗੇ ਵੀ ਰਾਂਝੇ ਦੇ ਦੋ ਕਹਿੰਦੇ ਮੁੰਡਿਆਂ ਨੇ ਜ਼ੋਰ ਦਿੱਤੇ ਆ ਖੇਡ ਦੇ ਮੈਦਾਨ ਅੰਦਰ, ਮੁੰਡੇ ਮੁੜਕੇ ਮੁੜਕੀ ਹੋ ਫਿਰਦੇ ਆ, ਜ਼ੋਰ ਲੱਗਿਆ ਪਿਆ ਕਹਿੰਦੇ ਮੁੰਡਿਆਂ ਦਾ। ਨਾਲ ਸਾਹਮਣੇ ਦੇਖਾਂਗੇ ਵੀ ਪਰਪਲ ਬਲੂ ਬਲੂ ਦੀ ਧਰਤੀ ਦਾ ਆਪਣੇ ਏਰੀਏ ਦੇ ਸਿੰਧਵਾ ਬੇਟ ਦੇ ਖੇਡ ਮੇਲੇ ਦਾ ਮੁੰਡਾ ਨਵੇਂ ਮੋਟਰਸਾਈਕਲ ਜੇਤੂ ਹੈ, ਪਰਾ ਖਿਡਾਰੀ ਵੀ ਕਹਿੰਦੇ ਚੜ੍ਹਦੀ ਵਰੇਸ ਦਾ ਮੁੰਡਾ ਕਹਿੰਦੇ
ਲਓ ਸਾਹਮਣੇ ਕਮਾਲ ਕਰ ਦਿੱਤੀ ਮੁੰਡੇ ਨੇ ਆਓ ਚਾਰ ਸਾਹਮਣੇ ਦੇਖਿਆ ਕਿ ਚਾਰ ਆਉਂਦਾ ਖੂਰ ਬੰਦ ਲੈਮਨ ਬਈ ਲੱਕੀ ਲੱਕੀ ਪਰਮਾ ਟੋਨੀ ਨੇ ਪਾਏ ਧਰਮ ਗੁਣਾਂ ਦੇ ਪੁੱਠੇ ਨਾ ਅਸੀਂ ਜਾਣਗੇ ਸਿੱਧੇ ਰਾਹੀਂ ਲਓ ਸਾਹਮਣੇ ਮਾਰ ਕਹਿੰਦੇ ਪੈ ਗਈ ਹੈ ਮੁੰਡਾ ਕਹਿੰਦੇ ਸਿਰੇ ਦੀਆਂ ਬਾਲਾਂ ਪਾ ਰਿਹਾ ਹੈ ਪਰ ਲੁਧਿਆਣੇ ਲਗਣੇ ਦੀ ਬੈਟਿੰਗ ਨਹੀਂ ਆਈ ਬਈ ਐਂਡ ਪੱਲੇ ਬੱਲੇ ਕਰਵਾ ਰਿਹਾ ਹੈ ਲੁਧਿਆਣੇ ਦਾ ਇੱਕ ਵੱਡਾ ਕਹਿੰਦੇ ਖੇਡ ਕਲੱਬ ਬਣਿਆ ਹੋਇਆ ਹੈ ਅੱਜ ਦੇ ਵੱਡੇ ਕੱਪ ਦੀ ਕਹਿੰਦੇ ਗੱਲਾਂ ਆਉਣਗੀਆਂ ਆ ਵੀ ਭਾਊ ਨੌਜਵਾਨਾਂ ਅਗਲੇ ਮੈਚ ਦੀ ਤਿਆਰੀ ਫੜ ਲੈ ਐਂਡ ਕਹਿੰਦੇ ਗੱਲਾਂ ਤੇ ਬਾਤਾਂ ਹੋਣਗੀਆਂ ਲਓ ਸਾਹਮਣੇ ਪੋਪਲ ਮਲੂਕਪੁਰ ਦੀ ਧਰਤੀ ਦਾ ਬਾਲ ਪਾਉਣ ਲਈ ਵਾਧਾ ਹੈ ਲਓ ਸਾਹਮਣੇ ਸੋਨੀ ਬਾਲ ਫੀਲਡਰ ਮੌਜੂਦ ਹੈ ਏ ਆਰ ਰਣਜੀਤ ਸਿੰਘ ਫੇਕੀ ਪੁੱਛੋ ਦੀ ਧਰਤੀ ਦਾ ਆਓ ਸਾਹਮਣੇ ਕਹਿੰਦੇ ਪੁੱਛੋ ਵਾਲਾ ਬਲੇਕੀ ਫੀਲਡ ਕਰਦਾ ਹੈ ਤੇ ਬਾਲ ਕਹਿੰਦੇ ਵੀ ਡਾਟ ਹੋ ਚੁੱਕੀ ਹੈ ਖੇਡ ਦੇ ਮੈਦਾਨ ਦੇ ਅੰਦਰ ਮਲੂਕਪੁਰੀਆ ਪੋਪਲ ਇਹ ਮੁੰਡਾ ਕਹਿੰਦੇ ਵੀ ਗੁਰੂ ਸਰੀਏ ਮੈਂਟੂ ਦੇ ਏਰੀਏ ਦੇ ਵਿੱਚੋਂ ਪੁੱਜਿਆ ਗਿਆ ਮੁੰਡਾ ਖਦੋਰ ਫਾਜ਼ਿਲਕਾ ਦੇ ਏਰੀਏ ਦੇ ਵਿੱਚ ਅੱਜ ਕਹਿੰਦੇ ਪੁੱਜਿਆ ਗੇਂਦ ਚੜਾਈ ਹੈ ਕਹਿੰਦੇ ਮਲੂਕਪੁਰੀਆ ਪੋਪਲ ਦੀ ਖੁਸ਼ਪ੍ਰੀਤ ਸਿੰਘ ਬਰਾੜ ਹੈ ਮੁੰਡੇ ਦਾ ਪੂਰਾ ਨਾਮ ਪਰ ਦੁਨੀਆ ਦੇ ਵਿੱਚ ਪ੍ਰਸਿੱਧੀ ਆਓ ਕਹਿੰਦੇ ਪੋਪਲ ਦੇ ਨਾਮ ਨਾਲ ਮਿਲੀ ਹੈ ਪਰ ਆ ਸਾਹਮਣੇ ਸਾਬੂ ਕਰਦਾ ਟਰਾਈ ਤੇ ਬਾਲ ਦੀ ਡਾਟ ਸਮਾਂ ਖੇਡਿਆ ਜਿਹਦੀ ਯਾਰੀ ਕਹਿੰਦੇ ਵਰਿੰਦਰ ਵਿਰਕ ਦੇ ਨਾਲ ਹੈ ਤੇ ਵਰਿੰਦਰ ਕਹਿੰਦੇ ਐਨ ਆਸਟ੍ਰੇਲੀਆ ਦੇ ਵਿੱਚ ਹੈ ਤੇ ਵੱਡਾ ਨਾਮ ਹੈ ਮੇਰੇ ਵੀਰੇ ਲਓ ਸਾਹਮਣੇ ਓਵਰ ਦੀ ਸਮਾਪਤੀ ਤੇ 30 ਰਨ ਬਣ ਗਏ ਕਹਿੰਦੇ ਦੋ ਓਵਰ ਸਮਾਪਤ ਹੈ ਤੇ ਰਨ ਜਿਹੜੇ 30 ਬਣ ਚੁੱਕੇ ਦੋ ਓਵਰ 30 ਹੋ ਗਏ ਬਾਈ ਅਗਲਾ ਓਵਰ ਕਿਹੜੇ ਖਿਡਾਰੀ ਨੇ ਕਰਨਾ ਬਾਤਾਂ ਕਹਿੰਦੇ ਸਮੇਂ ਦੀਆਂ ਹੋ ਜਾਣਗੀਆਂ ਬਾਈ ਕਮੈਂਟ ਕਰ ਦਿਆ ਕਰੋ ਦੋ ਓਵਰ 30 ਕਹਿੰਦੇ ਨੂੰ ਪਤਾ ਲੱਗਦਾ ਦੋ ਓਵਰ 30 ਹੋ ਗਏ ਭਾਈ ਪਾਉਟਾ ਸੰਤ ਬਾਬਾ ਈਸ਼ਰ ਸਿੰਘ ਜੀ ਕ੍ਰਿਕਟ ਕਲੱਬ ਰਾਣਾ ਸਾਹਿਬ ਭਰਾਵਾਂ ਨੂੰ ਬੇਨਤੀ ਵੀਰੇ ਸ਼ੇਅਰ ਕਰ ਦਿਓ ਤੇ ਸੰਤ ਬਾਬਾ ਮੈਂ ਫਸੂਗਾ ਪੂਰਾ ਵਧੀਆ ਮਾਸਟਰ ਹਮਜੀ ਦੋਰ 30 ਹੋ ਗਿਆ ਸੋਨੀ ਬਣਾਣੇ ਇਹ ਟੀਮਾਂ ਟਾਸ ਕਰ ਰਹਿਣ ਮੇਰੀ ਬੇਨਤੀ ਹੈ ਅਗਲੇ ਮੈਚਾਂ ਦੇ ਲਈ ਦੋਵੇਂ ਕਲੱਬ ਟਾਸ ਕਰ ਲੈਣ ਮੇਰੀ ਹੱਥੀ ਉੜ ਕੇ ਬੇਨਤੀ ਹੈ ਅਗਲਾ ਰਿਕਾਰਡ ਪਾਵੇਗਾ ਮਾਨ ਹੋਵੇਗਾ ਆਪਣਾ ਜਗਰਾਵਾ ਵਾਲਾ ਵੀ ਅੱਜ ਕਹਿੰਦੇ ਪੁੱਜਿਆ ਆਇਆ ਹੈ ਕਿ ਦੁਨੀਆ ਮਨ ਦੀ ਬਾਲ ਜਗਰਾਵਾ ਦੇ ਅਮਨੇ ਦੀ ਬੜੀ ਚੜ੍ਹਾਈ ਰਹੀ ਹੈ ਸੇਲ ਫਰਾਈ ਪਿੰਡ ਦੇ ਰਮਣੀ ਦੀ ਐਂਡ ਕਹਿੰਦੇ ਰਮਣ ਵਰਗੇ ਅਮਨ ਵਰਗਾ ਦਾ ਨਾਮ ਹੈ ਮੇਰੇ ਵੀਰੇ ਪਰ ਕਹਿੰਦੇ ਕਾਲੇ ਕੇ ਦਾ ਗਗਨ ਮੇਰੇ ਵੀਰੇ ਇਹ ਕਹਿੰਦੇ ਖਿਡਾਰੀ ਯੂ ਐਸ ਕ੍ਰਿਕਟ ਕਲੱਬ ਤੇ ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਲਈ ਕਹਿੰਦੇ ਖੇਡਣ ਵਾਲਾ ਬਾਲ ਪਾਉਣ ਲਈ ਕਹਿੰਦੇ ਤਿਆਰ ਪਰ ਤਿਆਰ ਹੈ ਕਾਲੇ ਕੇ ਦਾ ਗਗਨ ਲਓ ਸਾਹਮਣੇ ਦੂਜੇ ਪਾਸੇ ਮੁਕਾਬਲਾ ਵੀ ਚੋਟੀ ਦਾ ਅੱਜ ਕੈਪਟਨ ਦਾ ਗਗਨ ਤੇ ਨਾਲ ਭੁੱਚੂ ਦਾ ਬਲੈਕੀ ਨੇ ਅੱਜ ਕੈਪਟਨ ਗਗਨ ਦੀ ਕਹਿੰਦੇ ਬਲੈਕੀ ਨੇ 8 ਓਵਰ ਵੀਰੇ 8 ਓਵਰ ਅੱਜ ਦਾ ਖੇਡ ਮੈਂ ਥੋੜੀ ਇੰਜਰਡ ਹੋਣ ਕਰਕੇ ਨਹੀਂ ਖੇਡਦਾ ਨਜ਼ਰ ਆ ਰਿਹਾ ਲਓ ਸਾਹਮਣੇ ਗਗਨ ਕਾਲੇ ਕੇ ਦੀ ਧਰਤੀ ਦਾ ਆਪਣੀ ਟੀਮ ਦੀ ਕਮਾਨ ਸਾਹਮ ਰਿਹਾ ਬਾਲ ਪਾਉਣ ਲਈ ਤਿਆਰ ਹੈ ਧੰਨਾ ਸਾਹਿਬ ਦੇ ਅੰਮ੍ਰਿਤ ਆਓ ਸਾਹਮਣੇ ਦੇਖੇਗੇ ਵੀ ਗਗਨ ਲਾਈਵ ਠੀਕ ਹੈ ਵੀਰੇ ਧਰਤੀ ਦਾ ਬਾਕੇ ਪੁਰਾਣੇ ਲੱਗੇ ਦਾ ਮੁੰਡਾ ਬਣੇ ਖਿਡਾਰੀਆਂ ਨੇ ਵੀ ਸਾਈਕਲ ਵੀ ਜਿੱਤੇ ਇੱਕ ਬਹਾਦਰਪੁਰ ਤੋਂ ਜਿੱਤਿਆ ਇੱਕ ਕਹਿੰਦੇ ਵੀ ਕਮਾਲਪੁਰੇ ਦੇ ਵਿੱਚੋਂ ਜਿੱਤਿਆ ਤਿੰਨ ਚੇਤਕ ਜਿੱਤੇ ਆ ਪਰ ਸਾਹਮਣੇ ਮੁੰਡਾ ਆ ਲੁਧਿਆਣੇ ਵਾਲਾ ਧੰਨਾ ਫੜਿਆ ਮੈਂ ਪਹਿਲਾਂ ਪਹਿਲਾਂ ਬਾਲ ਉੱਤੇ ਕੋ ਜਾਣਾ ਰੌਣਕਾਂ ਲੱਗਣਗੀਆਂ 14 ਤਰੀਕ ਉਦੋਂ ਵਾਲੀ ਦੇ ਵਿੱਚ ਕਹਿੰਦੇ
ਦੇਖ ਰਹੇ ਹੋ ਡੇਰਾ ਬਾਬਾ ਨਾਨਕ ਧਰਤੀ ਮਾਝੇ ਦੀ ਹੈ ਤੇ 17 ਤਰੀਕ ਜੱਸੋਵਾਲ ਦੀ ਹੈ 16 ਟਰੋਲੀ ਦੀ ਹੈ 15 ਕਦੇ ਸੱਤੂ ਅਜਨੇਰ ਪਿੰਡ ਵਾਲਾ ਸੱਦੇ ਦੇ ਰਿਹਾ ਹੈ ਐਨ ਕਹਿੰਦੇ ਉੱਥੇ ਭੰਗੜੇ ਪੈਣੇ ਹੈ ਪਰ ਅਗਲਾ ਬੱਲੇਬਾਜ ਜਿਹੜਾ ਜਲਦੀ ਆ ਜਾਵੇ ਮੇਰੀ ਬੇਨਤੀ ਹੈ ਬਾਲ ਪੈਣ ਜਾ ਰਹੀ ਹੈ ਤੇ ਅਮਰਤ ਯਾਰ ਗੱਲ ਕਰੇਗਾ ਲਓ ਸਾਹਮਣੇ ਦੇਖਿਆ ਕਿ ਕਾਲੇ ਕਦੀ ਧਰਤੀ ਦਾ ਗਗਨਾ ਕਹਿੰਦੇ ਫੇਰ ਤਿਆਰਾ ਸਾਹਮਣੇ ਸਿੱਖ ਸਰਦਾਰ ਗੁਰੂ ਦਾ ਖਾਲਸਾ ਹੈ ਬਈ ਬੰਦ ਬੰਦ ਕਟਵਾ ਕੇ ਖੜ ਕੇ ਵਿੱਚ ਬਜ਼ਾਰਾਂ ਦੇ ਆਓ ਪੰਥ ਖਾਲਸਾ ਪਲਿਆ ਏ ਸ਼ਾਮੇ ਤਲਵਾਰਾਂ ਦੇ ਆਓ ਆਓ ਮੁੰਡਿਆ ਆਓ ਮੁੰਡਿਆ ਆਸ਼ੂ ਹੈ ਕਹਿੰਦੇ ਕੋਠੇ ਤੇ ਬੜਾ ਨਹੀਂ ਉਰੀਸਾ ਆਓ ਸਾਹਮਣੇ ਦੇਖਿਆ ਕਿ ਮੁੰਡੇ ਨੇ 4 ਰਨ ਜਿਹੜੇ ਸੇਵ ਕੀਤੇ ਆਪਣੀ ਟੀਮ ਦੇ ਲਈ ਗਗਨਾ ਕਹਿੰਦੇ ਫੇਰ ਬੜਾ ਕਾਲੇ ਕੇ ਦੀ ਧਰਤੀ ਦਾ ਨਵੀਂ ਬਣੀ ਆ ਜਾ ਉੱਥੇ ਲਓ ਸਾਹਮਣੇ ਅਗਲੀ ਵਾਰ ਪੌਲੀ ਗਗਨ ਕਾਲੇ ਕੇ ਦੀ ਧਰਤੀ ਦਾ ਜਿਹੜਾ ਕਹਿੰਦੇ ਫੰਦ ਹੈ ਆਓ ਸ਼ੁਰੂ ਦੀ ਵਾਰ ਟੀ ਸ਼ਰਟ ਦੇ ਪਿੱਛੇ 1984 ਲਿਖਿਆ ਆਇਆ ਹੈ 84 ਜਗਮ ਹਜੇ ਵੀ ਅੱਲੇ ਕਿ ਹਵਾ ਪਿੱਚ ਪੰਜਾਬ ਦੇ ਫੇਰ ਮਾਰੀ ਚੱਲੇ ਲਓ ਸਾਹਮਣੇ ਅਗਲੀ ਵਾਰ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਹੈ ਸਾਹਮਣੇ ਕਹਿੰਦੇ ਲੁਧਿਆਣੇ ਵਾਲਾ ਨਵੀਂ ਲੁਧਿਆਣੇ ਵਾਲਿਆ ਅੱਜ ਦਾ ਮੇਲਾ ਕਹਿੰਦੇ ਭੱਟੀਆਂ ਦਾ ਸ਼ਰੇ ਦਾ ਮੇਲਾ ਅੱਜ ਬੱਲੇ ਬੱਲੇ ਕਰਵਾਉਣੀ ਪੈਣੀ ਹੈ ਬਾਲ ਪੈਣ ਯਾਰੀ ਦੇ ਕਰਕੇ ਨੌਜਵਾਨ ਲਓ ਸਾਹਮਣੇ ਦੇਖਿਆ ਕਿ ਸਾਬੂ ਕਹਿੰਦੇ ਵੀ ਸਾਹਮਣੇ ਹੈ ਖੇਡ ਮੈਦਾਨ ਅੰਦਰ ਲੁਧਿਆਣੇ ਦੀ ਧਰਤੀ ਦਾ ਦਾਲ ਖਾਵਾ ਦੇ ਵਿੱਚ ਥੱਲੇ ਬਿਊਟੀ ਆਫ ਟਾਸਕ ਤਲਵੰਡੀ ਵਾਲਾ ਸਲੀਮ ਮੈਚ ਕਰ ਚੁੱਕਿਆ ਹੈ ਖਿਡਾਰੀ ਆਊਟ ਹੋ ਕੇ ਵਾਪਸ ਦਿਆਲ ਜੀ ਜਲਦੀ ਦੇ ਨਾਲ ਅਗਲਾ ਬੱਲੇਬਾਜ਼ ਹੈ ਲੱਕੀ ਪਰਮਾ ਲਓ ਸਾਹਮਣੇ ਮੁਕਾਬਲਾ ਤਗੜਾ ਟਿੱਕੂ ਵੀ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਮੇਰੇ ਵੀਰੇ ਖੇਡ ਮੈਦਾਨ ਅੰਦਰ ਸਾਹਮਣੇ ਕਰ ਰਹੇ ਹੈ ਬੜਾ ਵਧੀਆ ਮੁਕਾਬਲਾ ਵੱਡਾ ਟਾਰਗੇਟ ਮੁੰਡਿਆਂ ਨੇ ਸੈੱਟ ਕੀਤਾ ਹੈ ਲਓ ਸਾਹਮਣੇ ਕਾਲੇ ਕੇ ਦਾ ਗਗਨ 1984 ਜਿਹੜਾ ਲਿਖਿਆ ਗਿਆ ਟੀ ਸ਼ਰਟ ਦੇ ਮਗਰ ਲਓ ਸਾਹਮਣੇ ਦੇਖਿਆ ਗਿਆ ਆਓ ਗਗਨ ਐਨ ਸਿਰੇ ਦੀ ਵਾਲ ਹੈ ਮੁੰਡੇ ਦੀ ਤਗੜੀ ਵਾਲ ਮੁੰਡੇ ਨੇ ਪਾ ਦਿੱਤੀ ਹੈ ਜਿਹਨੇ ਵੀ ਮਣੀ ਕਹਿੰਦੇ ਨਾਭੇ ਨੂੰ ਜੇਕਰ ਮੈਚ ਨੂੰ ਜਿੱਤਣਾ ਤੇ ਕੁਝ ਨਾ ਕੁਝ ਕਰਨਾ ਪੈਣਾ ਹੈ ਛੱਕੇ ਜਿਹੜੇ ਲਾਉਣੇ ਪੈਣੇ ਆ ਫੇਰ ਹੀ ਗੱਜ ਦੇ ਟਿਕਾਣੇ ਲੱਗਣੀ ਹੈ ਫੇਰ ਹੀ ਕਹਿੰਦੇ ਭੰਗੜੇ ਪੈਣਗੇ ਅੱਜ ਦੇ ਕਹਿੰਦੇ ਫੱਡੇ ਕੱਪ ਤੇ ਫੇਰ ਹੀ ਗੱਲਾਂ ਤੇ ਬਾਤਾਂ ਕਹਿੰਦੇ ਹੋਣ ਗਿਆ ਮੇਰੇ ਵੀਰੇ ਲਓ ਸਾਹਮਣੇ ਕਹਿੰਦੇ ਵੱਡਾ ਯੋਗਦਾਨ ਹੈ ਅੱਜ ਦੇ ਖੇਡ ਕਲੱਬੜੀ ਮੇਰੇ ਵੀਰੇ ਉਹ ਵੀ ਇਸ ਕਲੱਬ ਦੇ ਕਹਿੰਦੇ ਕਰਤਾ ਧਰਤਾ ਨੇ ਲਓ ਸਾਹਮਣੇ ਅਗਲੀ ਬਾਲ ਪਾਉਣ ਲਈ ਮੁੰਡਾ ਕਹਿੰਦੇ ਤਿਆਰ ਹੈ ਮੁਕਾਬਲਾ ਤਕੜਾ ਹੈ ਬਾਲ ਕਹਿੰਦੇ ਪੈ ਗਈ ਹੈ ਪਰ ਰਨ ਜਿਹੜੇ ਮੁੰਡੇ ਨੇ 4 ਜੋੜ ਦਿੱਤੇ ਹੈ ਬੇਨਤੀ ਹੈ ਬਾਬਾ ਮਾਸਟਰ ਆਫ ਕ੍ਰਿਕਟ ਦਾ ਬੱਚਾ ਟਾਸ ਕਰ ਲਵੇ ਚੱਠੇ ਵਾਲੀ ਟੀਮ ਟਾਸ ਕਰ ਲਵੇ ਚੱਠੇ ਵਾਲੀ ਟੀਮ ਅਗਲੇ ਮੈਚ ਦੇ ਲਈ ਲਓ ਸਾਹਮਣੇ ਮੁੰਡਾ ਕਮਾਲ ਕਰ ਗਿਆ ਓਵਰ ਦੀ ਸਮਾਪਤੀ ਤੇ ਵੀਰ ਜੀ ਰਾਣਾ ਸਾਹਿਬ ਦੀ ਸੁਣੀ ਬਈ ਟਾਸ ਦੇ ਲਈ ਬਈ ਟਾਸ ਆ ਜਾਓ ਟਾਸ ਕਰਵਾ ਦੇ ਸੰਪਰਕ ਕਰ ਲਈ ਮੇਰੇ ਨਾਲ ਇੱਕ ਵਾਰੀ ਆ ਜਾਓ ਜੀ ਟਾਸ ਆਪਾਂ ਜਿਹੜੀ ਕਰ ਰਹੀ ਹੈ ਰਨ ਦੱਸ ਵੀਰੇ ਕਿੰਨੇ ਆ 47 41 ਸਕੋਰ ਜਿਹੜੇ ਹੋ ਗਏ ਮੇਰੇ ਵੀਰੇ ਮੁਕਾਬਲਾ ਤਕੜਾ ਖੇਡਿਆ ਜਾਣਾ ਅੱਜ ਦੇ ਕਹਿੰਦੇ ਵੱਡੇ ਕੱਪ ਲਈ ਐਂਡ ਕਹਿੰਦੇ ਗੱਲਾਂ ਹੋਣਗੀਆਂ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਬਰਾੜਾ ਸਾਹਿਬ ਇੱਕ ਸੋਨੀ ਸੰਪਰਕ ਕਰ ਲਈ ਮੇਰੇ ਨਾਲ ਇੱਕ ਵਾਰੀ ਜ਼ਰੂਰ ਭਰਾ ਮੇਰੇ ਆਪ ਰਹਿ ਜਾ
ਕਿੰਨੇ ਹੋਏ ਕਾਲੇ? 48 ਤਿੰਨ ਓਵਰ ਉੱਥੀ ਲਾ ਕੇ ਰਣਦਾ ਆਪਣੀ ਨਹੀਂ ਤਿੰਨ ਓਵਰ ਕਿੰਨੇ 39 ਇੱਕ ਵੱਲੋਂ ਖਾਂਦਾ ਕਾਰਡ ਤੇ ਵੀ 81 ਰਹੇ ਮੋਬਾਈਲ ਹੋਣਾ ਡਾਕਟਰ ਸਾਹਮਣੇ ਭੁੱਚੋ ਵਾਲਾ ਫਲੈਗੀ ਪਿੱਥੋਂ ਦੇ ਕੈਪਟਨ ਮੋਟਰਸਾਈਕਲ ਜੇਤੂ ਹੈ ਸੋਨੀ ਦੇ ਟੋਡੇ ਦੇ ਨਾਲ ਪ੍ਰਬੰਧਕ ਕਮੇਟੀ ਕਹਿੰਦੀ ਹੈ ਭੁੱਚੋ ਵਾਲਾ ਨਾਗਨ ਡਾਂਸ ਕਰਦਾ ਤੇ 500 ਦਾ ਵੱਡੇ ਮਾਰ ਹੋਣ ਗਏ ਲੈ ਵੀ ਪੀਤੇ ਬਾਈ ਸਾਰੀ ਟਾਂਟੋ ਵਾਲਿਆ ਪ੍ਰੀਤ ਕਹਿੰਦੇ ਜਰਮਨ ਦੇ ਸੀਪਾ ਤੇ ਹਰਵਿੰਦਰ ਤੇ ਅਮਰਜੀਤ ਬਾਈ ਮਾਣ ਕਰਦੇ ਆ ਇਸ ਗਰਾਜੀ ਖੇਡ ਦੇ ਉੱਪਰ ਮੇਰੇ ਵੀਰੇ ਤੇ 500 ਰੁਪਏ ਦਿੱਤਾ ਜਾਣਾ ਨਾਗਨ ਡਾਂਸ ਤੇ ਬਾਲ ਪੈਰੀ ਹੈ ਤੇ ਕਰੀ ਗੱਲ ਨੌਜਵਾਨ ਸਾਹਮਣੇ ਕਹਿੰਦੇ ਰਣਜੀਤ ਸਿੰਘ ਵਾਲੇ ਕੀ ਭੁੱਚੋ ਕਲਾਂ ਦੀ ਧਰਤੀ ਆਹ ਸਾਹਮਣੇ ਦੇਖਾਂਗੇ ਵੀ ਬਾਲ ਪਾਉਣ ਦੇ ਲਈ ਤਿਆਰ ਹੈ ਮੇਰੇ ਵੀਰੇ ਐਨ ਮੁੰਡੇ ਦੇ ਅੱਖਰਾਂ ਦੀ ਕਹਿੰਦੇ ਦੁਨੀਆ ਮਰੀਦ ਹੈ ਆਹ ਬਾਲ ਪੈ ਗਈ ਤੇ ਸਾਹਮਣੇ ਦੇਖਾਂਗੇ ਵੀ ਸੋਹਣਾ ਸ਼ਾਟ ਤੇ ਭਰਾਂ ਜਿਹੜਾ ਇੱਕ ਕਹਿੰਦੇ ਮੁੰਡੇ ਨੇ ਜੋੜ ਦਿੱਤਾ ਹੈ ਆਹ ਅਗਲੀ ਬਾਲ ਦੇ ਸਾਹਮਣੇ ਨਾ ਪਾਲ ਵੀ ਬਣੀ ਲਓ ਸਾਹਮਣੇ ਮੁਕਾਬਲਾ ਕਹਿੰਦੇ ਤਗੜਾ ਤੇ ਸਰੇ ਦਾ ਖੇਡਿਆ ਜਾ ਰਿਹਾ ਮੇਰੇ ਵੀਰੇ ਤਾਂ ਜਿਹੜੀ ਸੰਤ ਬਾਬਾ ਈਸ਼ਰ ਸਿੰਘ ਕ੍ਰਿਕਟਰ ਰਾਣਾ ਸਾਹਿਬ ਦੀ ਟੀਮ ਜਿੱਤ ਗਈ ਹੈ ਜਿਹੜਾ ਕਲੱਬ ਕਹਿੰਦੇ ਥਿਲੂ ਕਨੇਡਾ ਰਵੀ ਕੁਢਾਰੀ ਕਨੇਡਾ ਸਿੱਪੂ ਤੂਰ ਕਨੇਡਾ ਇਹਨਾਂ ਭਰਾਵਾਂ ਦਾ ਕਹਿੰਦੇ ਵੱਡਾ ਖੇਡ ਕਲੱਬ ਹੈ ਮੇਰੇ ਵੀਰੇ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹੈ ਇਹ ਟੀਮਾਂ ਜਿਹੜੀਆਂ ਅਗਲੇ ਮੈਚ ਲਈ ਟਾਸ ਕਰ ਲੈਣ ਮੇਰੀ ਹਾਥੀ ਉੜ ਕੇ ਬੇਟੀ ਟਾਸ ਹੋ ਗਈ ਹੈ ਲਓ ਰਨ ਆਊਟ ਹੋ ਚੁੱਕਾ ਹੈ ਖਿਡਾਰੀ ਕਹਿੰਦੇ ਆਊਟ ਹੋ ਕੇ ਵਾਪਸ ਗਏ ਆਓ ਦੀ ਜਲਦੀ ਦੇ ਨਾਲ ਅਗਲਾ ਬੱਲੇਬਾਜ਼ ਲਓ ਸਾਹਮਣੇ ਸਾਈਮਨ ਆ ਗਿਆ ਕਹਿੰਦੇ ਲੁਧਿਆਣੇ ਦੀ ਧਰਤੀ ਦਾ ਸਾਈਮਨ ਇਧਰਲੇ ਪਾਸੇ ਕਹਿੰਦੇ ਬਲੈਕੀ ਭੁੱਚੋ ਵਾਲਾ ਅਗਲੀ ਬਾਲ ਕਰ ਲਈ ਫੇਰ ਤਿਆਰ ਅਗਲਾ ਮੈਚ ਵੀ ਕਹਿੰਦੇ ਸਰੇ ਦਾ ਖੇਡਿਆ ਜਾਣਾ ਤੇ ਦੁਨੀਆ ਦੇ ਕਹਿੰਦੇ ਵੱਡੇ ਵੱਡੇ ਮੱਲ ਖੇਡਣਗੇ ਉਧਰ ਏਸ਼ੀਆ ਦੀ ਜਿੰਨੇ ਵੀ ਭਰਾ ਸੋਨੀ ਦੇ ਵੀਰ ਆਏ ਆ ਸਾਰੀ ਸਾਧ ਸੰਗਤ ਦਾ ਆਪਾਂ ਬਹੁਤ ਬੜਾ ਧੰਨਵਾਦ ਕਰਦੇ ਸਾਰੇ ਯਾਰਾ ਸ਼ੇਰ ਸਿੰਘ ਜੀ ਪੰਚ ਰਣਜੀਤ ਸਿੰਘ ਜੀ 62 ਪੰਚ ਪ੍ਰਦੀਪ ਸਿੰਘ ਜੀ 62 ਪੰਚ ਅਮਰੀਕ ਸਿੰਘ ਜੀ ਪੰਚ ਨਿਰਮਲ ਸਿੰਘ ਜੀ ਅਵਤਾਰ ਸਿੰਘ ਜੀ 62 ਦਿਲਬਾਗ ਸਿੰਘ ਜੀ 62 ਨਾਲ ਉਹਨਾਂ ਦੇ ਦਿਲਬਾਗ ਸਿੰਘ ਜੀ ਨਾਲ ਮਨਜਿੰਦਰ ਸਿੰਘ ਜੀ ਸੁਰਜੀਤ ਸਿੰਘ ਜੀ ਸੰਧੂ ਜਗਮੋਹਨ ਸਿੰਘ ਜੀ ਇਹਨਾਂ ਦਾ ਬਹੁਤ ਬੜਾ ਧੰਨਵਾਦ ਹੈ ਜਿਹੜੇ ਪਹੁੰਚੇ ਆ ਤੇ ਇਹ ਉਦਘਾਟਨ ਕਰਨਗੇ ਇਸ ਮੈਚ ਤੋਂ ਬਾਅਦ ਤੀਜੇ ਮੈਚ ਦਾ ਇਹ ਸੰਗਤ ਦਾ ਉਦਘਾਟਨ ਕਰਨਗੇ ਆ ਸੋਨੀ ਚਾਹ ਸਾਡਾ ਵੀਰ ਹਰਮਨ ਸੰਧੂ ਗੈਰੀ ਸਾਡਾ ਵੀਰ ਗਰੇਵਾਲ ਹਰਮਨ ਸਿੱਧੂ ਗੈਰੀ ਗਰੇਵਾਲ ਅਵਤਾਰ ਸਿੰਘ ਜੀ ਨਾਲ ਜਗਦੀਪ ਪਾਠ ਨਾਲ ਸੁਖਜੋਤ ਸਿੰਘ ਨਾਲ ਤਰਮਨ ਸਾਡਾ ਵੀਰ ਤੇ ਨਾਲ ਬੜਾ ਧੰਨਵਾਦ ਕਰਦੇ ਪਰਪਾ ਸੇਖੋ ਇਹ ਈਸੇ ਵਾਲ ਵਾਲੇ ਸਾਰੇ ਭਰਾਵਾਂ ਦਾ ਨਾਲ ਲਖਵਿੰਦਰ ਪਾਠ ਹੈ ਕਮਲ ਪਾਠ ਹੈ ਹਰਪ੍ਰੀਤ ਸਿੰਘ ਹੈ ਤੇਜੀ ਹੈ ਜਸ਼ਨ ਚਹਿਲ ਹੈ ਕੰਮੀ ਪਾਠ ਹੈ ਜੋਤੀ ਤੇਤਵਾਲ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਵੀਰ ਹੈ ਬਹੁਤ ਬੜਾ ਧੰਨਵਾਦ ਹੈ ਲਖਵੀਰ ਸਿੰਘ ਤੇ ਨਾਲ ਗੋਰਾ ਪਾਠ ਤੇ ਮਨ ਅਮਨਪ੍ਰੀਤ ਸਿੰਘ ਜੀ ਇਹਨਾਂ ਦਾ ਬਹੁਤ ਬੜਾ ਧੰਨਵਾਦ ਹੈ ਰਵੀ ਕਰੀਗਾ ਨੌਜਵਾਨ ਇਹ ਸਾਡੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਇਲਾਕੇ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਦਵਿੰਦਰ ਵੀ ਅਗਲੇ ਮੈਚ ਨੂੰ ਅੰਬਰ ਨਹੀਂ ਲਾਉਂਦੇ ਜੇ ਵਾਅਦਾ ਕਰਨ ਲਈ ਸਾਡੇ ਦਰਮਿਆਨ ਪਹੁੰਚੇ ਹੋਏ ਆ ਸਾਡੇ ਪ੍ਰਬੰਧਕਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਸੋ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਸਾਹਮਣੇ ਬਹੁਤ
ਬੜਾ ਧੰਨਵਾਦ ਕਰਦੇ ਤੇ ਛੱਕੇ ਦੇ ਵੱਜ ਰਹੇ ਆ ਮੁੰਡਾ ਕਹਿੰਦੇ ਆਪਣਾ ਜਗਰਾਵਾਂ ਦੀ ਧਰਤੀ ਦਾ ਮੇਰੇ ਵੀਰੇ ਲੰਮੇ ਸਮੇਂ ਬਾਅਦ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਹੈ ਚੜਾਈ ਰਹੀ ਹੈ ਜੱਟ ਦੀ ਇਹਨੂੰ ਕਾਸਕੋ ਦੀ ਦੁਨੀਆ ਦਾ ਯਾਦੂਗਰ ਕਿਹਾ ਜਾਂਦਾ ਮੇਰੇ ਵੀਰੇ ਆਪਣਾ ਕਹਿੰਦੇ ਜਗਰਾਵਾਂ ਵਾਲਾ ਯਾਦੂਗਰ ਵਾਲਾ ਭਾ ਰਿਹਾ ਉਧਰ ਸਨੀ ਸਾਡਾ ਵੀਰ ਹੈ ਨਾਲ ਸਾਡਾ ਵੀਰ ਮੋਹਿਤ ਹੈ ਨਾਲ ਕਹਿੰਦੇ ਸਨੀ ਹੈ ਤੇ ਨਾਲ ਫਿੱਲਾ ਇਹ ਵਿਸ਼ੇਸ਼ ਤੌਰ ਤੇ ਟੋਨੀ ਦੇ ਯਾਰ ਅੱਜ ਕਹਿੰਦੇ ਮੈਚ ਦੇਖਣ ਲਈ ਪੁੱਜੇ ਹੋਏ ਹੈ ਬਹੁਤ ਬੜਾ ਧੰਨਵਾਦ ਕਰਦੇ ਹੈ ਆਪਣੇ ਦੀ ਬਾਅਦ ਦੇ ਸਰਦਾਰ ਸਾਹਮਣੇ ਰਾਹੁਲ ਸਾਹਮਣੇ ਦੇਖੀ ਗਈ ਆਪਣਾ ਜਗਰਾਵਾਂ ਦੀ ਧਰਤੀ ਦਾ ਕ੍ਰਿਕਟ ਦਾ ਜਾਦੂਗਰ ਕਹਿੰਦੀ ਹੈ ਦੁਨੀਆ ਲੈਦਰ ਦਾ ਕਹਿੰਦੇ ਬਹੁਤ ਤਕੜਾ ਖਿਡਾਰੀ ਹੈ ਤੇ ਕਾਸਟੋ ਦੇ ਵਿੱਚ ਵੀ ਬੱਲੇ ਨੂੰ ਲੈ ਕੇ ਆ ਜਾਂਦਾ ਹੈ ਪਰ ਸਾਹਮਣੇ ਦੇਖਾਂਗੇ ਵੀ ਨੰਬਾ ਕਹਿੰਦੇ ਪਰ ਆਊਟ ਹੈ ਆਓ ਇਸੇ ਵਾਲੀ ਪਰਮਨੈਂਟ ਇਸ਼ਾਰਾ ਕਰ ਦਿੱਤਾ ਹੈ ਵੀ ਖਿਡਾਰੀ ਕਹਿੰਦੇ ਆਊਟ ਹੈ ਤੇ ਅਗਲਾ ਬੱਲੇਬਾਜ਼ ਜਲਦੀ ਨਾਲ ਆ ਜਾਵੇਗਾ ਮੇਰੀ ਬੇਨਤੀ ਹੈ ਅਗਲਾ ਬੱਲੇਬਾਜ਼ ਜਲਦੀ ਨਾਲ ਆ ਜਾਵੇਗਾ ਮੇਰੀ ਬੇਨਤੀ ਹੈ ਉਧਰ ਸੁਖਜੋਤ ਨਾਲ ਪਰਪਾ ਸਿੱਖੋ ਨਾਲ ਗੋਰਾਵਾਠ ਇਹਨਾਂ ਭਰਾਵਾਂ ਦਾ ਬਹੁਤ ਬੜਾ ਧੰਨਵਾਦ ਹੈ ਗੈਰੀ ਗਰੇਵਾ ਤੇ ਅਵਤਾਰ ਇਹ ਸਾਡੇ ਵੀਰ ਹੈ ਬਹੁਤ ਬੜਾ ਧੰਨਵਾਦ ਕਰਦੇ ਹੈ ਸਰਪੰਚ ਜਸਵੰਤ ਸਿੰਘ ਜੀ ਬਾਠ ਨਾਲ ਸੰਬਰ ਨਹੀਂ ਆਉਂਦਾ ਵੀਰੇ ਜਮਸ਼ੇਰ ਸਿੰਘ ਜੀ ਰਣਜੀਤ ਸਿੰਘ ਜੀ ਬਾਠ ਪ੍ਰਦੀਪ ਸਿੰਘ ਜੀ ਬਾਠ ਅਮਰੀਕ ਸਿੰਘ ਜੀ ਤੇ ਨਾਲ ਨਿਰਮਲ ਸਿੰਘ ਜੀ ਅਵਤਾਰ ਸਿੰਘ ਜੀ ਬਾਠ ਦਿਲਬਾਗ ਸਿੰਘ ਜੀ ਮਨਜਿੰਦਰ ਸਿੰਘ ਜੀ ਤੇ ਨਾਲ ਸੁਰਜੀਤ ਸਿੰਘ ਜੀ ਸੰਧੂ ਉਹਦੇ ਨਾਲ ਜਮੋਹਨ ਸਿੰਘ ਜੀ ਇਹਨਾਂ ਦਾ ਬਹੁਤ ਬੜਾ ਧੰਨਵਾਦ ਇਹਦੇ ਵੱਡੇ ਖੇਡ ਮਿਲਣ ਲਈ ਬਹੁਤ ਬੜਾ ਯੋਗਦਾਨ ਹੈ ਰਾਹੁਲ ਸਾਹਮਣੇ ਅਮਰਾ ਕਹਿੰਦੇ ਜਗਰਾਵਾਂ ਦੀ ਧਰਤੀ ਦਾ ਵਾਲਾ ਪਾ ਰਿਹਾ ਲੁਧਿਆਣੇ ਵਾਲੇ ਸਾਹਮਣੇ ਹੈ ਅਮਰਤ ਕਰੀ ਗੱਲ ਨੌਜਵਾਨਾਂ ਰਾਹੁਲ ਸਾਹਮਣੇ ਦੇਖਾਂਗੇ ਵੀ ਜਗਰਾਵਾਂ ਦੀ ਧਰਤੀ ਦਾ ਅਮਰ ਕਹਿੰਦੇ ਐਨ ਕਮਾਲ ਦੀਆਂ ਵਾਲਾਂ ਪਾ ਰਿਹਾ ਆਓ ਸਾਹਮਣੇ ਮੁੰਡੇ ਦਾ ਸੋਹਣਾ ਸ਼ਾਟ ਤੇ ਪਰ ਰਨ ਜਿਹੜਾ ਦੇਖਾਂਗੇ ਵੀ ਕਹਿੰਦੇ ਇੱਕ ਹੀ ਹੋਵੇਗਾ ਨਾਲ ਇੱਕ ਰਨ ਦਾ ਫੋਰ ਬਾਅਦ ਵੀਰੇ ਇਸ ਕਲੱਬ 'ਚ ਖੇਡਦਾ ਹੈ ਤਾਂ ਕਿ ਲਿਖਿਆ ਹੋਇਆ ਹੈ ਵੱਡਾ ਟਾਰਗੇਟ ਮੁੰਡਿਆਂ ਨੇ ਸੈੱਟ ਕੀਤਾ ਤੇ ਬਾਲਾਂ ਵੀ ਕਿਤੇ ਤਕੜੀਆਂ ਪਾ ਰਹੇ ਹੈ ਓਵਰ ਸਮਾਪਤ ਤੇ ਰਨ ਦੱਸਦਾ ਜੀ ਕਿੰਨੇ ਰਾਹੁਲ ਸਾਹਮਣੇ 54 ਰਨ ਹੋ ਗਏ ਉਧਰ ਉਦਘਾਟਨ ਕੀਤਾ ਇਹਨਾਂ ਅੱਜ ਦੇ ਵੱਡੇ ਖੇਡ ਮੇਲੇ ਦਾ ਬਹੁਤ ਬੜਾ ਧੰਨਵਾਦ ਕਰਦੇ ਹਾਂ ਬੜੀਆਂ ਸਤਿਕਾਰਯੋਗ ਤੇ ਮਾਣਯੋਗ ਸ਼ਖਸੀਅਤਾਂ ਜੋ ਸਾਡੇ ਦਰਮਿਆਨ ਆਈਆਂ ਹੈ ਬਹੁਤ ਬੜਾ ਧੰਨਵਾਦ ਇਹਨਾਂ ਸਾਰੇ ਭਰਾਵਾਂ ਦਾ ਸਰਪੰਚ ਜਸਵੰਤ ਸਿੰਘ ਜੀ ਬਾਠ ਪੰਚ ਦਲ ਸਿੰਘ ਜੀ ਧਾਲੀਵਾਲ ਨਾਲ ਜਮਸ਼ੇਰ ਸਿੰਘ ਜੀ ਰਣਜੀਤ ਸਿੰਘ ਜੀ ਬਾਠ ਪ੍ਰਦੀਪ ਸਿੰਘ ਜੀ ਬਾਠ ਅਮਰੀਕ ਸਿੰਘ ਜੀ ਨਿਰਮਲ ਸਿੰਘ ਜੀ ਅਵਤਾਰ ਸਿੰਘ ਜੀ ਬਾਠ ਦਲਬਾਗ ਸਿੰਘ ਜੀ ਮਨਜਿੰਦਰ ਸਿੰਘ ਜੀ ਸੁਰਜੀਤ ਸਿੰਘ ਜੀ ਅੱਜ ਦੇ ਵੱਡੇ ਖੇਡ ਵੇਲੇ ਬਹੁਤ ਵੱਡਾ ਯੋਗਦਾਨ ਹੈ ਬੜਾ ਧੰਨਵਾਦ ਹੈ ਸਲੀਮ ਖਾਨ ਤਲਵੰਡੀ ਸਾਬੋ ਦੀ ਧਰਤੀ ਦਾ ਕਹਿੰਦੇ ਗੁਰਭੇਜ ਭੁੱਲਰ ਦਾ ਯਾਰ ਹੈ ਮਾਣ ਕਰਦਾ ਅਮਰਜੀਤ ਆਦਮਪੁਰ ਵਾਲਾ ਪੀਤਾ ਸ਼ੁਕਰਾ ਵਾਲਾ ਸਣੀ ਕਹਿੰਦੇ ਟਰਾਂਟੋ ਵਾਲਾ ਪ੍ਰੀਤ ਗਿੱਲ ਜਰਮਨ ਤੇ ਸੀਪਾ ਗਿੱਲ USA ਮਾਣ ਕਰਦੇ ਹੈ ਇਸ ਰਾਜੀ ਖੇਡ ਦੇ ਉੱਪਰ ਮੇਰੇ ਵੀਰ ਬਾਲਾ ਕਹਿੰਦੇ ਸਿਰੇ ਦੀਆਂ ਪਾ ਰਿਹਾ ਉਧਰ ਉਦਘਾਟਨ ਕੀਤਾ ਜਾ ਰਿਹਾ ਲੈ ਵੀ ਅਮਰਤ ਬਾਈ ਘਰ ਦੀ ਧੰਨਵਾਦ ਉਧਰ ਨਾਲ ਹੀ ਸਾਰੇ ਸਾਡੇ ਸਤਿਕਾਰ ਦੇ ਚਿਹਰਿਆਂ ਦਾ ਸਾਡੇ ਸਰਪੰਚ ਸਾਹਿਬ ਹੈ ਨਾਲ ਅਗਲੇ ਮੈਚ ਆਉਣਾ ਸਰਪੰਚ ਨੰਬਰਦਾਰ ਜੈਲਦਾਰ ਜਿੰਨੇ ਵੀ ਸਾਡੇ ਵੀਰ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਲ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਨਾਲ ਸਾਡੇ ਈਸੇਵਾਲ ਵਾਲੇ ਭਰਾ ਨਾਲ ਟੋਨੀ ਨੂਰਪੁਰ ਵੇਟ ਭਾਊ ਮਹਿਮੋਣਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਧਰ ਟੂਰਨਾਮੈਂਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸੋ ਵੱਡਾ ਧੰਨਵਾਦ ਹੈ ਜੀ ਸਾਰਿਆਂ ਦਾ ਲਓ ਸਾਹਮਣੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਤੇ ਕੀ ਯਾਦਗਾਰੀ ਤਸਵੀਰ ਕੀਤੀ ਯਾਰੀ ਸੋਨੀ ਬਾਈ ਹੋਣੀ ਹੈ ਨਾਲ ਸਾਡਾ ਵੀਰ ਸੋਨੀ ਚਹਿਲ ਹਰਮਨ ਵਰਗੇ ਗੈਰੀ ਵਰਗੇ ਅਵਤਾਰ ਹੋਣੀ ਜਗਦੀਪ ਵਰਗੇ ਸੁਖਦੇਵ ਵਰਗੇ ਨਾਲ ਹਰਮਨ ਨਾਲ ਪਰਮਪਾਲ ਸਿੱਖੋ ਈਸੇ ਵਾਲੀ ਸਾਰੇ ਯਾਰ ਹੈ ਗੋਰਾ ਬਾਠ ਹੈ ਲਖਵਿੰਦਰ ਹੈ ਕਮਲ ਬਾਈ ਹੈ ਨਾਲ ਹਰਪ੍ਰੀਤ ਹੈ ਤੇਜੀ ਵਰਗੇ ਕੰਮੀ ਵਰਗੇ ਨਾਲ ਮਨਪ੍ਰੀਤ ਦਿਓਲ ਹੈ ਤਵਿੰਦਰ ਚਹਿਲ ਹੈ ਲਖਵੀਰ ਹੈ ਮੋਨੂ ਅਦਲ ਰਾਜ ਗਰੇਵਾਲ ਤੇ ਅਮਨਪ੍ਰੀਤ ਹੈ ਜਸ਼ਨ ਚਹਿਲ ਹੈ
ਸਾਰੇ ਭਰਾਵਾਂ ਦਾ ਬਹੁਤ ਬੜਾ ਧੰਨਵਾਦ ਜਿੰਨੇ ਵੀ ਸਤਿਕਾਰ ਯੋਗ ਵੀ ਅੱਜ ਦੇ ਵੱਡੇ ਖੇਡ ਮੇਲੇ ਤੇ ਹੈ। ਸਲੀਮ ਦੀ ਬਾਲ ਤੇ ਸਾਹਮਣੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਤੇ ਰੰਜ ਨੇ ਵੇਖਿਆ ਕਿ ਆਪਣੇ ਹਿੱਸੇ ਜੋੜ ਦਿੱਤੇ ਹੈ। ਅਗਲੇ ਮੈਚਾਂ ਦੀਆਂ ਟੀਮਾਂ ਤਿਆਰੀ ਕਰ ਲੈਣ, ਜਿਹੜਾ ਕਹਿੰਦੇ ਬਾਬਾ ਈਸ਼ਵਰ ਸਿੰਘ ਰਾਣਾ ਸਾਹਿਬ ਦਿਲੂ ਕਨੇਡਾ ਸਾਡਾ ਵੀਰ ਫਰਜੁੱਦਾਪੁਰ ਨਾਲ ਰਵੀ ਕੜਾਣੀ ਨਾਲ ਸੀਪਾ ਤੂਰ ਕਨੇਡਾ ਨਾਲ ਪੰਨੂ ਤਰਾਹਾ ਸਾਡਾ ਵੀਰ ਤੇ ਨਾਲ ਵੱਡਾ ਧੰਨਵਾਦ ਸੁੱਖ ਲੰਬੜ ਅਮਣੀ ਸ਼ਹਿਰ ਕਨੇਡਾ ਕਨੇਡਾ ਤੇ ਪੁੱਲੂ ਕਨੇਡਾ ਇਹਨਾਂ ਦਾ ਕਦੇ ਖੇਡ ਕਲਾਬਾਂ ਮੇਜ ਰਹੇ ਹੋ। ਉਮਰ ਦੀ ਸਮਾਪਤੀ ਤੇ ਲੇਖਾ ਜੋਖਾ ਦੱਸੀ ਬਾਈ ਆ ਜਾਓ ਵੀਰੇ ਭੱਜ ਕੇ ਨੇੜੇ ਹੀ ਪਵਾ ਦੋ ਇੱਥੋਂ ਆ ਜਾਓ ਵੀਰੇ ਜਲਦੀ ਜਿਹੜੇ ਵੀਰ ਨੇ ਓਵਰ ਕਰਨ ਆ ਜਾਓ ਭੱਜ ਕੇ ਅਗਲੇ ਮੈਚ ਆਊਗਾ ਬਾਈ ਜਲਦੀ ਦੇ ਨਾਲ ਕਾਲਾ ਆ ਗਿਆ ਲੈ ਵੀ ਕਾਲੇ ਪਾ ਵੀ ਜਲਦੀ ਨਾਲ ਅਗਲੀਆਂ ਟੀਮਾਂ ਲੈ ਕੇ ਆ ਜਾਣ ਜੀ ਕਿੰਨੇ ਓਵਰ ਕਿੰਨੇ ਸਕੋਰ ਦੇ ਦੇਖੀ ਬਈ ਟਾਸ ਕੌਣ ਜਿੱਤਿਆ ਸੀ ਲਾ ਕਾਲਾ ਭਾਈ ਰੁਪਏ ਦੀ ਧਰਤੀ ਦਾ ਕਾਸਕੋ ਦਾ ਕਹਿੰਦੇ ਟਾਈਗਰ ਮੇਰੇ ਵੀਰੇ ਵਾਲਾ ਪਾਰਾ ਖੇਡ ਦੇ ਮੈਦਾਨ ਵਿੱਚ ਇਹ ਖਿਡਾਰੀ ਕਹਿੰਦੇ ਗੁਰਦਾਸਪੁਰ ਦੇ ਗੁਣੀਏ ਦੇ ਕੱਪ ਦਾ ਇੱਕ ਨਵੇਂ ਮੋਟਰਸਾਈਕਲ ਜੇਤੂ ਹੈ ਮੇਰੇ ਵੀਰੇ ਇੱਕ ਮੋਹਾਲੀ ਦੇ ਵਿੱਚੋਂ ਜਿੱਤੇ ਆਇਆ ਹੈ ਪੰਜਾਬ ਦੇ ਨਿੱਕਾ ਕੱਪਾਂ ਦਾ ਬੈਸਟ ਹੈ। ਲੁਧਿਆਣੇ ਵਾਲੇ ਮੁੰਡੇ ਕਹਿੰਦੇ ਸੰਘਰਸ਼ ਕਰ ਰਹੇ ਹੈ ਵੀ ਲੁਧਿਆਣੇ ਵਾਲੇ ਬੱਲੇ ਬੱਲੇ ਕਰਾਉਣੀ ਪੈਣੀ ਹੈ ਇਹਦੀ ਗੱਲ ਕਹਿੰਦੇ ਟਿਕਾਣੇ ਲੱਗਣੀ ਹੈ ਉਸ ਸਾਹਮਣੇ ਬਾਜੜੀ ਪੈ ਗਈ ਹੈ ਪਰ ਮੁੰਡਾ ਕਹਿੰਦੇ ਕਮਾਲ ਕਰ ਗਿਆ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੇ ਸਾਹਮਣੇ ਬਾਲ ਹਵਾ ਦੇ ਵਿੱਚ ਥੱਲੇ ਫਿਲਡਰ ਤੇ ਕੈਚ ਦਾ ਕਹਿੰਦੇ ਡਰਾਫ ਕਰ ਦਿੱਤਾ ਹੈ ਕੈਚ ਦਾ ਕਹਿੰਦੇ ਡਰਾਫ ਕਰ ਦਿੱਤਾ ਨੰਗਲਾ ਵਾਲਾ ਮੇਲਾ ਦਾ ਕਾਕਾ ਜਾਪਦਾ ਮੈਨੂੰ ਤਾਂ ਇੱਕ ਓਵਰ ਰਹਿ ਗਿਆ ਸੱਤ ਓਵਰ ਰਨ ਕਿੰਨੇ ਆ ਬਾਈ ਸੱਤ ਓਵਰ ਰਨ ਦੱਸ ਦੋ ਵੀਰੇ ਕਿੰਨੇ ਆ ਆਸ਼ੂ ਕਰ ਦੋ ਵੀਰੇ ਜਲਦੀ ਨਾਲ ਬਾਲ ਆਸ਼ੂ ਕਹਿੰਦੇ ਕੋਠੇ ਪੁੰਡ ਦੀ ਧਰਤੀ ਦਾ ਐਨ ਕਹਿੰਦੇ ਦੁੱਲਾ 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 ਇਹਦੀਆਂ ਗੱਲਾਂ ਮਰਜੀ ਪੀਤੇ ਬਈ ਹੋਰ ਹੀ ਹੁੰਦੀ ਹੈ ਪੀਤਾ ਕਹਿੰਦਾ ਸੀ ਉਹਦੇ ਗੱਡੀ ਚ ਕਹਿੰਦਾ ਇਹਨੂੰ ਸਮਝਾ ਲਓ ਬਾਕੀ ਸਾਰਾ ਕੁਝ ਸਹੀ ਹੋ ਜਾਊ ਪੀਤੇ ਬਈ ਅਮਰਜੀਤ ਬਈ ਸੱਚੀ ਗੱਲ ਇਹਨੂੰ ਸਮਝਾ ਲਓ ਬਾਕੀ ਸਾਰਾ ਕੁਝ ਸਹੀ ਹੋ ਜਾਊ ਲੈ ਵੀ ਦੁੱਲਿਆ ਥੋੜਾ ਜਿਹਾ ਪਾਪੜਾ ਪਾਪ ਬਣਾਇਆ ਕਰ ਲਓ ਸਾਹਮਣੇ ਬਾਲ ਪਾਉਲੀ ਆਸ਼ੂ ਕੋਠੇ ਪੁੰਡੇ ਵਾਲਾ ਕਹਿੰਦੇ ਲੰਡੀ ਜੀਵ ਦਾ ਜੇਤੂ ਹੈ ਬਾਲ ਕਹਿੰਦੇ ਪਾ ਰਿਹਾ ਪਰ ਫਿਲਡਰ ਮੌਜੂਦ ਹੈ ਤੇ ਇੱਕ ਸਕੋਰ ਤੋਂ ਚਾਰ ਜਾਂ ਇੱਕ ਪਰ ਸਿੰਗਲ ਲਿਆ ਨਹੀਂ ਕਹਿੰਦਾ ਬਾਲਾ ਖੜ ਰਹੀ ਹੈ ਛੱਕਾ ਮਾਰ ਕੇ ਦਿਖਾਉਣਾ ਹੈ ਅਗਲੇ ਮੈਚ ਦੀ ਟੀਮ ਆ ਜਾਣ ਭਾਉ ਮੈਮੋਣਾ ਤੇ ਨਾਲ ਇੱਕ ਹਾਂਜੀ ਲਾਲੀ ਆਕੜਾ ਵੀਰੇ ਕੀ ਹਾਲ ਨੇ ਲਾਲੀ ਬਾਈ ਲਓ ਸਾਹਮਣੇ ਦੇਖਾਂਗੇ ਕਿ ਕੋਠੇ ਪੋਨੇ ਵਾਲਾ ਇੱਕ ਮੋਟਰਸਾਈਕਲ ਵੀ ਜਿੱਤੇ ਆ ਲੱਡੂ ਜੀਵ ਵੀ ਜਿੱਤੀ ਹੈ ਤੇ ਕ੍ਰਿਕਟ ਦਾ ਦੁੱਲਾ ਕਹਿੰਦੀ ਹੈ ਦੁਨੀਆ ਲਓ ਸਾਹਮਣੇ ਦੇਖਿਆ ਕਿ ਸੋਹਣੀਆਂ ਬਾਲਾਂ ਕੀਤੀਆਂ ਲਗਭਗ ਮੈਚ ਸਮਾਪਤ ਹੈ ਤੇ ਇਸ ਮੈਚ ਦੇ ਵਿੱਚ ਜਿੱਤਦੀ ਟੀਮ ਜਿਹੜੀ ਕਹਿੰਦੇ ਐਸ ਬੀ ਐਸ ਕਲੱਬ ਦੁਆਬਾ ਯੂ ਐਸ ਏ ਨਜ਼ਰ ਆ ਰਹੀ ਹੈ ਕੁਝ ਬਾਲਾਂ ਬਾਕੀ ਜਲਦੀ ਨਾਲ ਆ ਜਾ ਵੀਰੇ ਭੱਜ ਕੇ ਲਓ
ਆਓ ਸਾਹਮਣੇ ਮੁਕਾਬਲਾ ਤਗੜਾ ਫਿਰ ਕੈਮੀ ਬਾਈ ਹੁਣੀ ਬੜਾ ਧੰਨਵਾਦ ਨਾਲ ਹੋਰ ਵੀ ਜਿੰਨੇ ਵੀ ਸਾਡੇ ਵੀਰ ਹੈ ਬਹੁਤ ਬੜਾ ਧੰਨਵਾਦ ਕਰਦੇ ਸਾਰੀ ਸਾਧ ਸੰਗਤ ਦਾ ਅੱਜ ਦਾ ਵੱਡਾ ਖੇਡ ਮੇਲਾ ਕੋਈ ਨੋਵਾ ਤੇ ਆਇਆ ਕੋਈ ਸਕਾਰਪੀਓ ਤੇ ਆਇਆ ਕੋਈ ਭੰਗੜੇ ਪਵਾਈ ਜਾਂਦਾ ਤੇ ਕੋਈ ਗੱਲ ਸਿਰੇ ਲਾਈ ਜਾਂਦਾ ਆਓ ਸਾਹਮਣੇ ਵਾਰ ਪੈ ਗਈ ਹੈ ਤੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਰਾਜੇ ਸ਼ੀ ਆਪਣੇ ਹਿੱਸੇ ਮੁੰਡੇ ਨੇ ਕਹਿੰਦੇ ਜੋੜ ਦਿੱਤੇ ਹੈ ਪੰਜਾਬ ਲਾਈਵ 24 ਤੇ ਨਾਲ ਕਹਿੰਦੇ ਬਰਨਾਲਾ ਕ੍ਰਿਕਟ ਤੇ ਨਾਲ ਲੈਮ ਰੂਪਾ ਹੜੀ ਪਿੰਡ ਦਾ ਕਾਸਗੜ ਸੰਗਰੂਰ ਵਾਲਾ ਪੁੱਜਿਆ ਹੋਇਆ ਹੈ ਕਪਲ ਧੂਰੀ ਜੀ ਨਾਲ ਕਹਿੰਦੇ ਭਾਊ ਮਹਿਮੋਣਾ ਤੇ ਨਾਲ ਸਾਡਾ ਵੀਰ ਵੱਡਾ ਧੰਨਵਾਦ ਹੈ ਰਾਜਾ ਹੀਰਾ।